संग तो घड़ियां तो घड़ियां देव जन्म सवार सत संग तो घड़ियां ਭੁੱਲ ਗਿਆ ਨਾ ਰੱਬ ਦਾ ਉਸ ਨੂੰ ਯਾਦ ਕਦੇ ਨਾ ਕੀਤਾ ਪਾਲਣ ਹਾਰ ਸਭ ਦਾ ਵਿੱਚ ਸੰਸਾਰ ਤੇ ਆ ਕੇ ਬੰਦਿਆ ਭੁੱਲ ਗਿਆ ਨਾ ਰੱਬ ਦਾ ਉਸ ਨੂੰ ਯਾਦ ਕਦੇ ਨਾ ਕੀਤਾ ਪਾਲਣ ਹਾਰ ਸਭ ਦਾ ਪਾਲਣ ਹਾਰ ਸਭ ਦਾ ਘਟਦੀ ਜਾਏ ਸਵਾਸਾਂ ਦੀ ਪੂੰਜੀ ਕੱਢਦੀ ਜਾਏ ਸਵਾਸਾਂ ਦੀ ਪੂੰਜੀ ਇਧਰ ਜਾਤੀ ਮਾਰ ਸਤਸੰਗ ਦੋ ਘੜੀਆਂ ਦੇਵ ਜਨਮ ਸਵਾਰ ਸਤਸੰਗ ਦੋ ਘੜੀਆਂ ਸਤਨਾਮ ਤਿਆਗੇ ਬਾਗ ਜਗਾ ਲੈ ਸੁੱਤੇ ਬਾਗ ਜਗਾ ਲੈ ਸੁੱਤੇ ਮਾਨ ਜਨਮੇ ਅਮੋਲਕ ਹੀਰਾ ਮਾਨ ਜਨਮੇ ਅਮੋਲਕ ਹੀਰਾ ਮਿਲੂ ਨਾ ਦੂਜੀ ਵਾਰ ਸਤਸੰਗ ਦੋ ਘੜੀਆਂ ਦੇਵ ਜਨਮ ਸਵਾਰ ਸਤਸੰਗ ਦੋ ਘੜੀਆਂ ਦੋ ਘੜੀਆਂ ਕਰਨ ਕਾਰਨ ਪਤਿਤ ਪਾਵਨ ਭਗਤ ਵਿੱਚ ਕਰਨਾ ਨਿਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਤਿੰਨਾਂ ਦੀ ਪਾਵਨ ਗੋਦ ਵਿਖੇ ਗੁਰੂ ਖਾਲਸਾ ਮਾਈ ਭਾਈ ਸਰਬੱਤ ਸਾਹਿਬ ਸਿੰਘ ਜੀ ਮਹਾਨ ਮਹਾਂਪੁਰਖ ਬ੍ਰਹਮ ਗਿਆਨੀ ਤੱਤ ਬੇਤੇ ਜੋ ਕਿ ਮਹਾਂਪੁਰਖਾਂ ਦੇ ਪਾਵਨ ਸਥਾਨ ਤੇ ਬਾਬਾ ਗੁਰਦਾਸ ਜੀ ਤਿੰਨਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਾਰੀ ਸਰਬੱਤ ਸਾਹਿਬ ਸਿੰਘ ਜੀ ਫਤਿਹ ਬਲੌਗ ਅੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਬਾਣੀ ਦਾ ਪਾਵਨ ਇਤਿਹਾਸ ਦਾ ਸਤਿਕਾਰ ਕਰਦੇ ਗੁਰੂ ਕੇ ਪਿਆਰੇ ਮਹਾਂਪੁਰਖਾਂ ਦੇ ਨਾਮ ਤੋਂ ਬਾਬਾ ਗੁਰਦਾਸ ਜੀ ਦੇ ਨਾਮ ਤੋਂ ਅਜਾ ਦਮੜੇ ਅਰਦਾਸ ਕਰਾਉਂਦੇ ਨੇ ਸਤਿਕਾਰਯੋਗ ਬਾਣੀ ਬਾਣੇ ਵਿੱਚ ਸੰਪੂਰਨ ਚੜ੍ਹਦੀ ਕਲਾ ਵਾਲੇ ਗੁਰਮੁਖ ਪਿਆਰੇ ਉਹਨਾਂ ਵੱਲੋਂ ਗੁਰੂ ਕੇ ਤਾਸ ਨੂੰ 50 ਦੰਡੇ ਅਰਦਾਸ ਸਾਹਿਬ ਮਾਲਕ ਜੀ ਕਿਰਪਾ ਕਰੋ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਮੁੱਖ ਸੇਵਾਦਾਰ ਜਿਨ੍ਹਾਂ ਨੂੰ ਤੁਹਾਂ ਨੇ ਸੇਵਾ ਦੀ ਡਿਊਟੀ ਬਖਸ਼ੀ ਹੈ ਸਰਦਾਰ ਸਾਹਿਬ ਲਖਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਵੱਲੋਂ ਮਾਇਆ ਆਈ ਹੋਰ ਗੁਰੂ ਕੇ ਪਿਆਰਾਂ ਵੱਲੋਂ ਮਾਇਆ ਆਈ ਛੋਟਾ ਜਿਹਾ ਬੱਚਾ ਮਾਪਿਆਂ ਦੀ ਕਮਾਈ ਨੂੰ ਸਫਲਾ ਕਰਦਾ ਸਾਰਿਆਂ ਦੇ ਨਾਮ ਤੇ ਸਰਬੱਤ ਦਾ ਭਲਾ ਮੰਗੀ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਬਾਣੀ ਪੜ੍ਹਨੀ ਭਲਾ ਕਰਨਾ ਗੁਰੂ ਘਰ ਦੀ ਸੇਵਾ ਕਰਨੀ ਇਹਨੂੰ ਕਹਿੰਦੇ ਸੰਗਤ ਜੋ ਸੰਗਤ ਹੈ ਉਹਦੇ ਨਾਲ ਰੰਗਤ ਮਿਲਦੀ ਸਾਧ ਸੰਗਤ ਜੀ ਇਸ ਕਰਕੇ ਜਿਹੜਾ ਗੁਰੂ ਘਰ ਆਉਂਦਾ ਹੈ ਉਹਨੂੰ ਗੁਰੂ ਘਰ ਦੀ ਸੇਵਾ ਕਰਨ ਦਾ ਚਾਅ ਸਮਝ ਆਉਂਦੀ ਹੈ ਵੱਡਿਆਂ ਦਾ ਸਤਿਕਾਰ ਕਰਨਾ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਝੁੱਕ ਕੇ ਨਮਸਕਾਰ ਕਰਨੀ ਆਉਂਦੀ ਹੈ ਜਿਹਨੂੰ ਝੁਕਣਾ ਆ ਗਿਆ ਗੁਰੂ ਦੇ ਅੱਗੇ ਉਹ ਫਿਰ ਸਾਰਿਆਂ ਦਾ ਸਤਿਕਾਰ ਕਰਦਾ ਹੈ ਜਿਹੜਾ ਬਾਪੂ ਦਾ ਸਤਿਕਾਰ ਕਰਦਾ ਹੈ ਉਹ ਆਪਣੇ ਭਰਾਵਾਂ ਭੈਣਾਂ ਦਾ ਵੀ ਸਤਿਕਾਰ ਕਰਦਾ ਹੈ ਕਿਉਂਕਿ ਬਾਪੂ ਨੇ ਸਿਕਸ਼ਾ ਦੇਣੀ ਹੁੰਦੀ ਸਾਰੇ ਆਪਾਂ ਭੈਣ ਭਰਾ ਸਾਰੇ ਬੱਚੇ ਨੇ ਇਸ ਕਰਕੇ ਜਿਹੜੀ ਗੁਰੂ ਦੀ ਸ਼ਰਨ ਆਉਂਦਾ ਹੈ ਇੱਥੋਂ ਸਮੱਤ ਮਿਲਦੀ ਹੈ ਭਲਾ ਮੰਗੋ ਭਲਾ ਕਰੋ ਆਓ ਸੰਗਤ ਨੂੰ ਮੈਂ ਬੇਨਤੀ ਕਰਦਾ ਸਾਧ ਸੰਗਤ ਜੀ ਬੈਠਣ ਦੀ ਕਿਰਪਾਲਤਾ ਕਰੋ ਕਿਉਂਕਿ ਭਾਈ ਸਾਹਿਬ ਜੀ ਗੁਰਦੁਆਰਾ ਬਾਬਾ ਭਾਈ ਝਾੜੂ ਜੀ ਜਿਨ੍ਹਾਂ ਨਾਲ ਮੈਂ ਮੌਜੀ ਸਾਹਿਬ ਨਾਲ ਘੱਟੋ ਘੱਟ ਬਤੌਰੇ ਸਰੰਗੀ 'ਤੇ ਸਾਲ ਭਰ ਰਾਹੀਂ ਮੱਸਿਆ ਦੀ ਸੇਵਾ ਕਰਦੇ ਰਹੇ ਹਾਂ
उस पावन स्थान तो कथा वाचक संघ साहब जी आए ने जिन्होंने साढ़े तो बाद कथा करनी। संगतों को बेनती है जेड़े सेवा करते गुरु के प्यारे करन, बाकी जेड़े गुरमुख प्यारे गुरु पातशाह की हाजरी भरो। आओ सरवण करिए जी। पट्टी शहर के रहन वाला राजा दुनी चंद बहुत अहंकारी है, बहुत मायातारी है, बंदे नूं बंदा ही नहीं समझदा। अपनियां बच्चियां धीआं पुत्रां दे विच उतनी रब ने बख्शिया धीआं ने, कहन लगा नहीं गुस्ताख बचियो कदे तुसीं, तुहानूं पता रब कौन हुंदा है। उन्हें आख्या पिता दसो मैं रब हाँ, मैं भगवान हाँ, रब रोटी देंदा, मैं तुहानूं वेखो कपड़ा लीड़ा महल मैं दिते ने। छिया ने आख्या पिता सच कहना है। सतवीं दी वारी आई आख्या पिता ये सारा कुछ देने वाला भगवान है, भगवान नाल ना शरीका करो, भगवान सारा कुछ खो भी लेंदा है। गुस्ताख धीए अज तो भीवें दिन मैं तेन कोड़ी दे लड़ ला देना, मैं तेरा रब नू वेखना तेरा रब कित्थे। तुरन लगी धी दिते गए फेरे, माँ दे गल लगी, माँ ते धी दा बहुत डूंगा रिश्ता है। जे दी धी दुखी होती जद दुखी होंदी है, माँ ने हथ जोड़ के आख्या पति दे अगे पति जीओ इन्हां महल्लां च इक मकान दे दो, जे तुसीं कोड़ी दे लाड़ी ला दिता है ये बेचारी बच्ची की खावेगी की कमाएगी कोड़ी की करेगा। कहन लगा तारा तुर जान दे नू जो भुखी प्यासी मेरी दहलीज ते आके नक रगड़ के आखेगी कि पिता तू रब है मैं सारा कुछ ही दे दवांगा, पर जिन्हां नू तकवा रब दा वह किसी की ऐन नहीं मनते। तुरन लगी रजनी कहन लगी मेरे भागां च इहो सी, मैं पा लिया मेरे सिर दा ताज है। भैनो ना रोवो सहेलियां नू तीरज दिता, दिल वाले पट्टे दे लोक रो उठे आखे ना रोवो, मत्थे दी तकदीर नहीं मिटदी, मत्थे दियां ना मिटियां तकदीरां। चंद लैना सुनिए गुलामी वाला जिला फिरोजपुर कर्म सिंह साजन एम बयान
ਖੇੜਾ ਮੇਰੇ ਬਾਬਲਾ ਇੰਨੀ ਆਖ ਗੇ ਉੱਚੀ ਪੁੱਪ ਮਾਰੀ ਮੱਥੇ ਦੀਆਂ ਨਾ ਮੀਆਂ ਓ ਪੱਗ ਦੀ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਰਨ ਲੱਗੀ ਧੀ ਕਹਿਣ ਲੱਗੀ ਪਿਤਾ ਤੇਰਾ ਸ਼ਹਿਰ ਵੱਸਦਾ ਰਵੇ, ਮਹੱਲ ਵੱਸਦੇ ਰਹਿਣ, ਤੇਰਾ ਰਾਜ ਬਣਿਆ ਰਵੇ, ਸੁਖ ਮਾਣੋ ਪਿਤਾ। ਧੀਆਂ ਦਾ ਗਊਆਂ ਦਾ ਕਾਮਿਆਂ ਦਾ ਉਧਰ ਕੋਈ ਨਹੀਂ ਹੁੰਦਾ, ਜਿੱਧਰ ਤੋਰ ਦਿੱਤੇ ਤੁਰ ਗਏ। ਇਹ ਪੱਲਾ ਨਹੀਂ ਤੁਹਾਡੇ ਸਿਰ ਦੀ ਪੱਗ ਹੈ, ਇਹ ਕੋੜੀ ਨਹੀਂ ਮੇਰੇ ਸਿਰ ਦਾ ਤਾਜ ਹੈ। ਮੈਂ ਆਪਣੀ ਜ਼ਿੰਦਗੀ ਵਿੱਚ ਅਤੇ ਇਹਨਾਂ ਨੂੰ ਪਰਮੇਸ਼ਰ ਦਾ ਰੂਪ ਕਰਕੇ ਸੇਵਾ ਕਰਾਂਗੀ। ਅਤੇ ਕਿੱਥੇ ਪਹੁੰਚੇ, ਦੁੱਖ ਭੰਜਨੀ ਬੇਰੀ, ਪਾਵਨ ਸਰੋਵਰ ਉਦੋਂ ਛੱਪੜੀ ਸੀ, ਅੱਗੇ ਜਾਣ ਦਾ ਵਕਤ ਨਹੀਂ। ਮੈਂ ਇੱਥੇ ਖਿਮਾ ਦਾ ਜਾਚਕ ਹਾਂ, ਪ੍ਰਬੰਧਕ ਕਮੇਟੀ, ਸਤਿਕਾਰਯੋਗ ਸਾਰੇ ਪ੍ਰਬੰਧਕ ਅਤੇ ਨਗਰ ਦੀ ਪੰਚਾਇਤ ਮਾਈ ਭਾਈ, ਮੇਰੇ ਮਾਨੀਆਯੋਗ ਸਰਦਾਰ ਲਖਵਿੰਦਰ ਸਿੰਘ ਜੀ, ਇਹ ਬੱਚੀਆਂ ਛੋਟੀਆਂ ਛੋਟੀਆਂ ਹੀ ਜੋ ਅਸੀਂ ਹਾਜ਼ਰੀ ਭਰਦੇ ਹਾਂ। ਅੱਜ ਇਹ ਬੇਟੀ ਨੇ ਨਰਸਿੰਗ ਦਾ ਕੋਰਸ ਕੀਤਾ, ਦੂਸਰੀ BA ਕਲਾਸ ਵਿੱਚ ਹੈ, ਅਤੇ ਜਿੱਥੇ ਵੀ ਵੱਡਿਆਂ ਨਾਲ ਹੈ, ਪਰ ਮੈਂ ਆਖਿਆ ਬੇਟੀ ਜਿਸ ਵਾਹਿਗੁਰੂ ਨੇ ਜਿਸ ਘਰੋਂ ਦਾਤਾ ਮਿਲ ਗਿਆ ਹਾਜ਼ਰੀ ਭਰੀਏ, ਹਾਜ਼ਰੀ ਭਰਨਾ ਆ, ਮੈਂ ਧੰਨਵਾਦ ਕਰਦਾ। ਉਹਨਾਂ ਨੇ ਆਖਿਆ ਜੀ ਆਇਆਂ ਨੂੰ, ਕਾਮਨਾ ਕਰਦੇ ਸੱਚੇ ਪਾਤਸ਼ਾਹ ਨਗਰ ਦੀ ਚੜ੍ਹਦੀ ਕਲਾ, ਸੰਗਤਾਂ ਦੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰੋ, ਪ੍ਰਬੰਧਕਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦੀ ਤੋਫੀਕ ਬਖਸ਼ੋ। ਉਹ ਲੰਚ ਚੁੱਕਾਂ ਦੀ ਸ਼ਿਵਾਂ ਜਿਨ੍ਹਾਂ ਵਾਹਿਆ ਅਰਦਾਸ ਕਰਾਈ, ਮਾਲਕ ਜੀ ਕਿਰਪਾ ਕਰੋ, ਨਾਮਦਾਨ ਦੀਆਂ ਦਾਤਾਂ ਬਖਸ਼ੋ। ਕਰਮ ਸਿੰਘ ਸਾਜਨ, ਡਾਕਟਰ ਅਮਨਦੀਪ ਕੌਰ ਅਮਨ, ਜਤਿੰਦਰ ਕੌਰ BA, ਵਰਿੰਦਰ ਸਿੰਘ ਸਰੰਗੀ ਵਾਦਕ, ਪਿੰਡ ਗੁਲਾਮੀ ਵਾਲਾ, ਜ਼ਿਲ੍ਹਾ ਫਿਰੋਜ਼ਪੁਰ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਗਿਆਨੀ ਕਰਮ ਸਿੰਘ ਜੀ ਢਾਡੀ ਹੈ, ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਸੰਗਤਾਂ ਨਿਹਾਲ ਕੀਤਾ। ਮੀਂਹ ਪੈਣ ਦੇ ਨਾਲ ਥੋੜ੍ਹਾ ਥੋੜ੍ਹਾ ਸਮਾਂ ਵੀ ਚੇਂਜ ਕਰਨਾ ਪਿਆ, ਕਿਉਂਕਿ ਗੁਰਜੰਟ ਸਿੰਘ ਨੂੰ ਵੀ ਟਾਈਮ ਦਿੱਤਾ ਸੀ, ਗੁਰਜੰਟ ਸਿੰਘ ਮੀਂਹ ਦੇ ਵਿੱਚ ਕਿਤੇ ਘਿਰਿਆ ਹੋਏ ਨੇ। ਹੁਣ ਆਪਣੇ ਕੋਲ
ਟਾਈਮ ਸਮਾਂ ਮੀਂਹ ਦੇ ਕਾਰਨ ਹੀ ਥੋੜ੍ਹਾ ਥੋੜ੍ਹਾ ਬਦਲਣਾ ਪਿਆ ਅਤੇ ਸਟੇਜ ਲੇਟ ਚਾਲੂ ਹੋਈ ਆ। ਹੁਣ ਆਪਣੇ ਕੋਲ ਗਿਆਨੀ ਦਲਬਾਗ ਸਿੰਘ ਜੀ ਭਾਈ ਝਾੜੂ ਸਾਹਿਬ ਵਾਲੇ ਕਥਾਵਾਚਕ ਪਹੁੰਚੇ ਹੋਏ ਨੇ, ਉਹ ਆਪਾਂ ਸੰਗਤਾਂ ਨੂੰ ਕਥਾ ਸੁਣਾ ਕੇ ਕਥਾ ਰਾਹੀਂ ਨਿਹਾਲ ਕਰਨਗੇ। ਗਿਆਨੀ ਦਲਬਾਗ ਸਿੰਘ ਜੀ ਭਾਈ ਸਾਹਿਬ ਭਾਈ ਝਾੜੂ ਸਾਹਿਬ ਵਾਲੇ ਗਿਆਨੀ ਦਲਬਾਗ ਸਿੰਘ ਜੀ ਕਥਾਵਾਚਕ ਉਹ ਸੰਗਤਾਂ ਨੂੰ ਕਥਾ ਸੁਣਾ ਕੇ ਨਿਹਾਲ ਕਰਨਗੇ। ਉਸ ਤੋਂ ਬਾਅਦ ਜੇ ਤਾਂ ਭਾਈ ਗੁਰਜੰਟ ਸਿੰਘ ਜੀ ਬੈਂਕਾ ਕਮਿਸ਼ਨਰ ਸਾਹਿਬਾਨ ਪਹੁੰਚ ਗਏ ਇੱਥੇ, ਅਤੇ ਨਹੀਂ ਤਾਂ ਫਿਰ ਕੋਈ ਨਾ ਕੋਈ ਅਜਿਹਾ ਬਦਲਣਾ ਪਵੇਗਾ। ਮੀਂਹ ਦੇ ਕਾਰਨ ਹੀ ਸਾਰੀ ਖਰਾਬੀ ਪੈ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਲਬਾਗ ਸਿੰਘ ਜੀ ਇੱਕ ਘੰਟਾ ਸਮਾਂ ਲਾਉਣਗੇ, ਇੱਕ ਘੰਟਾ ਸਮਾਂ ਜੋ ਆਪਾਂ ਨੂੰ ਕਥਾ ਰਾਹੀਂ ਵਿਚਾਰਾਂ ਦੱਸਣਗੇ ਅਤੇ ਸੰਗਤਾਂ ਨੂੰ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ 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 ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਆਨੰਦ ਭਇਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰਸਿੱਖ ਕਉ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ
जन के संग चित आवे नाओ आप मुक्त मुक्त करे संसार नानक तिस जन कौ सदा नमस्कार बाणी गुरु गुरु है बाणी विच बाणी अमृत सारे गुरबाणी कह सेवक जन मन परताख गुरु निस्तारे गुरबाणी कह सेवक जन मन परताख गुरु निस्तारे परम सन्मान योग गुरता गद्दी ते सुभाईमान चावर शातर तख जी दे मालक यहराज हूर हाजरा हजूर दसां पातशाहियां दे आत्मक स्वरूप धन 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 साहिब सतगुरु श्री गुरु ग्रंथ साहिब महाराज जी दी पावन पवित्र हाजूरी अंदर सत संगत रूप हो करके हाजरियां भर रहे गुरु प्यारेओ गुरु सवारेओ सत्कार सहित गुरफते प्रवान करो आखो जी वाहिगुरु जी का खालसा वाहिगुरु जी की फतेह। सतगुरां दी अपार कृपा सदका सतगुरां दे दरों घरों वरसाए हुए महान महापुरख सेवा सिमरन करके गुरमत अनुसार चल करके अपना जीवन सवारन वाले धन धन बाबा गुरदास जी का सालाना जोड़ मेला मनाउंदिया होया इस वार भी आप संगता ने उद्यम उपराला कीता है। सो अज दूसरे दिन सतगुरां दी पावन गोद अंदर सुंदर दीवान सजाए गए ने। दास तो पहला आप जी ने गुरु सवारे ढाडियां पासों गुरु का इतिहास सरवण कीता है। मैं थोड़ी जी बेनती करा साउंड वाले वीर नू थोड़ी जी सैटिंग कर दियो आवाज़ सैट नहीं आ रही क्योंकि जिन्ना चिर सही नहीं आवेगी आवाज़ ना तुहानू सुन दा आनंद आना है ना मैनू बोलन दा आनंद आना क्योंकि सब कुछ साउंड दे सिर ते चलना है। जिहड़ी साडी आवाज़ है तुहाडे तक पहुँचनी है वह साउंड दे जरिए पहुँचनी है। इस करके बेनती प्रवान करियो गुरमुख ढाडियां वालों आप जी नू इतिहास दे विच्चों एक छोटी जी झलक प्रसंग दी सरवण करवाई है। बीबी रजनी दा प्रसंग आप जी ने सरवण कीता है कि दुनी चंद राजा जो पट्टी दा राजा सी अपने नेड़े ही पट्टी शहर है ते बंदे कोल जदों धन दौलत आ जांदा है
ਉਹਦੇ ਨਾਲ ਹਉਮੈ ਵੀ ਆ ਜਾਂਦੀ ਹੈ ਕਿ ਸ਼ਾਇਦ ਇਹ ਸਭ ਕੁਝ ਮੈਂ ਕਮਾਇਆ ਹੈ, ਮੈਂ ਆਪਣੀ ਸਿਆਣਪ ਨਾਲ ਪ੍ਰਾਪਤ ਕੀਤਾ ਹੈ। ਦੇਣ ਵਾਲਾ ਤਾਂ ਵਾਹਿਗੁਰੂ ਹੈ, ਪਰਮੇਸ਼ਰ ਦੇਣ ਲੱਗਿਆਂ ਵੀ ਕੋਈ ਬਹਾਨਾ ਬਣਾਉਂਦਾ ਹੈ ਅਤੇ ਜੇ ਉਹਨੇ ਖੋਣਾ ਹੋਵੇ ਤਾਂ ਖੋਣ ਲੱਗਿਆਂ ਵੀ ਕੋਈ ਬਹਾਨਾ ਬਣਾ ਦਿੰਦਾ ਹੈ। ਪਰ ਆਪਾਂ ਕਈ ਵਾਰ ਸੋਚ ਲੈਂਦੇ ਹਾਂ ਕਿ ਨਹੀਂ, ਇਹ ਸਾਡੀ ਆਪਣੀ ਕਾਬਲੀਅਤ ਹੈ, ਇਹ ਸਾਡੀ ਆਪਣੀ ਮਿਹਨਤ ਹੈ। ਜਦੋਂ ਪਰਮੇਸ਼ਰ ਨੇ ਦੇਣਾ ਹੁੰਦਾ ਹੈ ਕਿਸੇ ਦੇ ਬੱਚੇ ਨੂੰ, ਉਹ ਚੰਗੀ ਨੌਕਰੀ ਦੇ ਦਿੰਦਾ ਹੈ, ਨੌਕਰੀ ਦੇ ਰਾਹੀਂ ਧਨ ਦੇ ਦਿੰਦਾ ਹੈ, ਕਾਰੋਬਾਰ ਚੰਗਾ ਚਲਾ ਦਿੰਦਾ ਹੈ ਅਤੇ ਧਨ ਮਿਲ ਜਾਂਦਾ ਹੈ। ਬੰਦਾ ਸੋਚਦਾ ਹੈ ਕਿ ਮੈਂ ਆਪਣੀ ਸਿਆਣਪ ਵਰਤੀ ਹੈ ਤਾਂ ਮੇਰਾ ਕਾਰੋਬਾਰ ਚੱਲਿਆ। ਬੰਦਾ ਸੋਚਦਾ ਹੈ ਕਿ ਮੇਰੇ ਬੱਚੇ ਨੇ ਮਿਹਨਤ ਬੜੀ ਕੀਤੀ ਹੈ ਤਾਂ ਉਸਨੂੰ ਪ੍ਰਾਪਤ ਹੋਇਆ। ਨਹੀਂ ਗੁਰਮੁਖੋ, ਇਹ ਉਸ ਦਾਤੇ ਦੀ ਰਹਿਮਤ ਹੈ। ਪਰ ਆਪਾਂ ਭੁੱਲ ਜਾਂਦੇ, ਇਸੇ ਤਰ੍ਹਾਂ ਦੁਨੀ ਚੰਦ ਵੀ ਪਰਮੇਸ਼ਰ ਨੂੰ ਭੁੱਲ ਗਿਆ ਸੀ, ਧਨ ਕੋਲ ਆਇਆ ਅਤੇ ਗੁਰਬਾਣੀ ਦੇ ਬੋਲ ਨੇ, ਬੋਲ ਨਾ ਜਾਣਾ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ। ਜਦੋਂ ਬੰਦੇ ਕੋਲ ਮਾਇਆ ਆ ਜਾਂਦੀ ਉਹਨੂੰ ਬੋਲਣਾ ਵੀ ਨਹੀਂ ਆਉਂਦਾ, ਉਹ ਚੰਗਾ ਬੋਲਦਾ ਨਹੀਂ, ਮਾਇਆ ਦੇ ਹੰਕਾਰ ਦੇ ਨਸ਼ੇ ਵਿੱਚ ਉਹ ਮਾੜਾ ਬੋਲੇਗਾ। ਬਾਕੀ ਛੇ ਧੀਆਂ ਨੇ ਆਪਣੇ ਪਿਤਾ ਦੀ ਹਾਂ ਵਿੱਚ ਹਾਂ ਮਿਲਾਈ ਹੈ ਕਿ ਪਿਤਾ ਜੀ ਤੁਸੀਂ ਹੀ ਸਾਨੂੰ ਪਾਲਣ ਵਾਲੇ ਹੋ, ਸਭ ਕੁਝ ਤੁਸੀਂ ਵੀ ਸਾਨੂੰ ਦੇਣ ਵਾਲੇ ਹੋ। ਪਰ ਜਿਹੜੀ ਸਭ ਤੋਂ ਛੋਟੀ ਸੀ ਬੀਬੀ ਰਜਨੀ, ਉਹ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੀ ਸੀ ਅਤੇ ਉਹਨੂੰ ਸੰਗਤ ਵਿੱਚੋਂ ਇਹ ਸੋਝੀ ਮਿਲ ਚੁੱਕੀ ਹੈ ਕਿ ਸਭ ਕੁਝ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ। ਉਹਨੇ ਇਹ ਗੁਰੂ ਕੀ ਬਾਣੀ ਦੇ ਬੋਲ ਸਰਵਣ ਕੀਤੇ ਨੇ ਵੀ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਉਹ ਸਾਰਿਆਂ ਨੂੰ ਦੇਣ ਵਾਲਾ ਹੈ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਆਸਾ ਕੀ ਵਾਰ ਦਾ ਸੱਤਵਾਂ ਸਲੋਕ ਵਿਦਵਾਨਾਂ ਨੇ ਲਿਖਿਆ ਹੈ ਕਿ ਬੀਬੀ ਰਾਜ ਕੌਰ ਨੇ ਸਰਵਣ ਕੀਤਾ, ਜਿੱਥੋਂ ਉਹਨੂੰ ਗਿਆਨ ਹੋ ਗਿਆ ਕਿ ਸਭ ਕੁਝ ਕਰਨ ਵਾਲਾ ਵਾਹਿਗੁਰੂ ਹੈ, ਪਰਮੇਸ਼ਰ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਅਤੇ ਬੀਬੀ ਰਾਜ ਕੌਰ ਨੇ ਕਹਿ ਦਿੱਤਾ ਕਿ ਨਹੀਂ ਪਿਤਾ ਜੀ, ਆਪਾਂ ਸਾਰਿਆਂ ਨੂੰ ਉਹ ਪਾਲਣ ਵਾਲਾ ਹੈ ਜਿਹੜਾ ਸਾਰੇ ਸੰਸਾਰ ਨੂੰ ਰੋਜੀ ਦੇਣ ਵਾਲਾ ਹੈ, ਰਿਜ਼ਕ ਦੇਣ ਵਾਲਾ ਹੈ, ਸਾਨੂੰ ਸਾਰਿਆਂ ਨੂੰ ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਅਤੇ ਮਾਇਆ ਦੇ ਹੰਕਾਰ ਦੇ ਨਸ਼ੇ ਵਿੱਚ ਹਰਨਾਕਸ਼ ਵਾਂਗੂ ਗੜਕਿਆ ਹੈ, ਕਹਿਣ ਲੱਗਾ ਮੈਂ ਵੇਖਦਾ ਹੈ ਤੈਨੂੰ ਮੈਂ ਇੱਕ ਕੋਹੜੀ ਦੇ ਨਾਲ ਵਿਆਹ ਦੇਵਾਂਗਾ, ਤੈਨੂੰ ਰੱਬ ਕਿਵੇਂ ਦਿੰਦਾ ਹੈ, ਪਰਮੇਸ਼ਰ ਕਿਵੇਂ ਦਿੰਦਾ ਹੈ। ਅਤੇ ਬੀਬੀ ਰਜਨੀ ਨੇ ਆਖਿਆ ਪਿਤਾ ਜੀ, ਜੇ ਮੇਰਾ ਕਰਮ ਐਸਾ ਲਿਖਿਆ ਹੈ ਤਾਂ ਉਹਨੂੰ ਤੁਸੀਂ ਬਦਲ ਨਹੀਂ ਸਕਦੇ, ਜੇ ਮੇਰਾ ਸੰਬੰਧ ਇੱਕ ਕੋਹੜੀ ਨਾਲ ਲਿਖਿਆ ਹੋਇਆ ਹੈ ਤਾਂ ਮੇਰਾ ਸੰਬੰਧ ਉੱਥੇ ਹੀ ਹੋਵੇਗਾ, ਉਸਨੂੰ ਕੋਈ ਬਦਲ ਨਹੀਂ ਸਕਦਾ। ਅਤੇ ਗੁਰੂ ਪਿਆਰ ਵਾਲਿਓ, ਬੀਬੀ ਰਜਨੀ ਦਾ ਵਿਆਹ ਇੱਕ ਕੋਹੜੀ ਦੇ ਨਾਲ ਪਿੰਗਲੇ ਦੇ ਨਾਲ ਕਰ ਦਿੱਤਾ, ਪਰ ਬੀਬੀ ਰਜਨੀ ਨੇ ਸਿਦਕ ਨਹੀਂ ਹਾਰਿਆ, ਇੱਕ ਤੇ ਭਰੋਸਾ ਰੱਖਿਆ। ਇੱਕ ਦਿਨ ਐਸਾ ਆਇਆ ਜਿੱਥੇ ਅੱਜ ਕੱਲ੍ਹ ਦੁੱਖ ਭੰਜਨੀ ਬੇਰੀ ਸਾਹਿਬ ਹੈ, ਇੱਥੇ ਗੁਰਮੁਖੋ ਉਸ ਵੇਲੇ ਸਰੋਵਰ ਨਹੀਂ ਸੀ, ਇੱਕ ਛੱਪੜੀ ਦਾ ਰੂਪ ਸੀ। ਪਰ ਮੈਂ ਥੋੜ੍ਹਾ ਜਿਹਾ ਖੁਲਾਸਾ ਕਰ ਦੇਵਾਂ, ਉਹ ਸਰੋਵਰ ਪਹਿਲਾਂ ਗੁਰੂ ਰਾਮਦਾਸ ਜੀ ਨੇ ਬਣਾਇਆ ਸੀ ਉੱਥੇ, ਪਰ ਨੀਵੀਂ ਜਗ੍ਹਾ ਹੋਣ ਕਰਕੇ, ਮੀਂਹ ਪੈਣ ਕਰਕੇ, ਮਿੱਟੀ ਖੁਰ ਖੁਰ ਕਰਕੇ ਉਸ ਸਰੋਵਰ ਵਿੱਚ ਪੈ ਗਈ ਅਤੇ ਸਾਰਾ ਪੂਰਿਆ ਗਿਆ ਅਤੇ ਉਹ ਇੱਕ ਛੱਪੜੀ ਦਾ ਰੂਪ ਰਹਿ ਗਿਆ ਸੀ। ਅੱਜ ਭਾਵੇਂ ਅਸੀਂ ਬੜੀ ਛੇਤੀ ਦੁੱਖ ਭੰਜਨੀ ਬੇਰੀ ਦੇ ਉੱਪਰ ਵੀ ਕਿੰਤੂ ਕਰ ਦਿੰਦੇ ਹਾਂ, ਕਹਿ ਦਿੰਦੇ ਹਾਂ ਵੀ ਰੁੱਖਾਂ ਨੂੰ ਮੱਥੇ ਟੇਕਦੇ ਹਾਂ, ਉਹ ਕਰਦੇ, ਬੜੀ ਛੇਤੀ ਸਾਡੇ ਜ਼ਬਾਨ 'ਤੇ ਬਚਨ ਆ ਜਾਂਦਾ। ਗੁਰਮੁਖੋ ਰੁੱਖ ਤਾਂ ਅੰਮ੍ਰਿਤਸਰ ਦੀ ਧਰਤੀ 'ਤੇ ਹੋਰ ਵੀ ਬੜੇ ਹੋਣਗੇ, ਕਦੀ ਕੋਈ ਮੱਥੇ ਟੇਕਦਾ, ਕਦੀ ਉੱਥੇ ਕੋਈ ਜਾਂਦਾ?
ਉਹ ਰੁੱਖ ਵੀ ਧੰਨ ਨੇ ਜਿਹੜੇ ਗੁਰੂ ਨਾਲ ਜੁੜ ਗਏ ਨੇ। ਇੱਕ ਸਾਨੂੰ ਸਿਧਾਂਤ ਦਿੱਤਾ ਹੈ ਕਿ ਜਿਹੜੇ ਰੁੱਖ ਦੇ ਕੋਲ ਮੇਰਾ ਗੁਰੂ ਬੈਠ ਗਿਆ ਉਸ ਰੁੱਖ ਨੂੰ ਵਡਿਆਈ ਮਿਲ ਗਈ। ਐ ਇਨਸਾਨ ਜੇ ਤੂੰ ਗੁਰੂ ਨਾਲ ਜੁੜ ਜਾਵੇਂ ਤੈਨੂੰ ਭਲਾ ਵਡਿਆਈ ਕਿਉਂ ਨਾ ਮਿਲੇਗੀ, ਤੇਰਾ ਜੀਵਨ ਕਿਉਂ ਨਹੀਂ ਸਵਰੇਗਾ। ਤਵਾਰੀਖ ਗੁਰੂ ਖਾਲਸਾ ਦੇ ਵਿੱਚ ਇਹ ਬਚਨ ਲਿਖੇ ਹੋਏ ਨੇ। ਤਵਾਰੀਖ ਗੁਰੂ ਖਾਲਸਾ ਪੜ੍ਹੋ ਅਤੇ ਉਹਦੇ 614 ਪੇਜ 'ਤੇ ਤੁਸੀਂ ਇਹ ਗੱਲ ਪੜ੍ਹ ਸਕਦੇ ਹਾਂ। ਉੱਥੇ ਲਿਖਿਆ ਹੋਇਆ ਬਕਾਇਦਾ ਕਿ ਜਿੱਥੇ ਦੁੱਖ ਭੰਜਣੀ ਬੇਰੀ ਹੈ ਨਾ, ਇਸ ਬੇਰੀ ਦੇ ਥੱਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਤੇ ਗੁਰੂ ਅੰਗਦ ਸਾਹਿਬ ਜੀ ਦਾ 2 ਵਾਰ ਮੇਲ ਹੋਇਆ ਹੈ। ਤਵਾਰੀਖ ਗੁਰੂ ਖਾਲਸਾ ਪੜ੍ਹ ਕੇ ਵੇਖੋ 614 ਪੇਜ 'ਤੇ। ਦੁੱਖ ਭੰਜਨੀ ਬੇਰੀ ਦੇ ਥੱਲੇ ਧੰਨ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਆਉਂਦੇ ਸਨ ਅਤੇ ਗੁਰੂ ਅੰਗਦ ਸਾਹਿਬ ਜੀ ਖਡੂਰ ਸਾਹਿਬ ਤੋਂ ਇੱਥੇ ਆ ਕਰਕੇ ਮਿਲਦੇ ਸਨ। 2 ਵਾਰ ਮਿਲਾਪ ਹੋਇਆ ਹੈ ਅਤੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਅੰਗਦ ਸਾਹਿਬ ਜੀ ਘੰਟਿਆਂ ਬੱਧੀ ਦੁੱਖ ਭੰਜਨੀ ਬੇਰੀ ਦੇ ਥੱਲੇ ਬੈਠ ਕਰਕੇ ਅਧਿਆਤਮਿਕ ਗਿਆਨ ਦੀ ਵਿਚਾਰ ਚਰਚਾ ਕਰਿਆ ਕਰਦੇ ਸਨ। ਇਹ ਲਿਖਤ ਹੈ। ਐਵੇਂ ਨਹੀਂ ਉਹ ਸਰੋਵਰ ਮਹਾਨ ਬਣਿਆ ਕਿ ਜਿੱਥੇ ਬੀਬੀ ਰਜਨੀ ਦੇ ਕੋਹੜੇ ਪਤੀ ਨੂੰ ਅਥਵਾ ਪਿੰਗਲੇ ਦਾ ਕੋਹੜਾਪਣ ਜਿਹੜਾ ਹੈ ਉਹ ਦੂਰ ਹੋਇਆ ਅਤੇ ਸਤਿਗੁਰੂ ਨੇ ਰਹਿਮਤਾਂ ਵਰਤਾ ਦਿੱਤੀਆਂ। ਅੱਜ ਭਾਵੇਂ ਅਸੀਂ ਬੜਾ ਕਿੰਤੂ ਪਰੰਤੂ ਕਰ ਲੈਂਦੇ ਹਾਂ ਕਿ ਗੁਰਮੁਖੋ ਵੀ ਕੀ ਜੇ ਸਾਖੀ ਨਾਲ ਨਾ ਜੋੜੀਏ ਅਤੇ ਕੀ ਗੁਰੂ ਕੇ ਸਰੋਵਰ ਦੀ ਮਹਿਮਾ ਘੱਟ ਜਾਵੇਗੀ। ਉਹ ਵਾਹਿਗੁਰੂ ਦੀ ਮਹਿਮਾ ਨਾ ਘੱਟਦੀ ਆ ਅਤੇ ਨਾ ਵੱਧਦੀ ਹੈ। ਇਹ ਵੀ ਤੁਹਾਨੂੰ ਦੱਸ ਦਿੰਦਾ, ਰੱਬ ਦੀ ਮਹਿਮਾ ਨਾ ਘੱਟਦੀ ਹੁੰਦੀ ਹੈ ਅਤੇ ਨਾ ਵੱਧਦੀ ਹੁੰਦੀ ਹੈ। ਜੋ ਕੁਝ ਘਟਣਾ ਹੈ ਉਹ ਸਾਡਾ ਹੀ ਘਟਣਾ ਹੈ ਅਤੇ ਸਾਡਾ ਹੀ ਵਧਣਾ। ਇਹ ਧਿਆਨ ਦੇਣਾ। ਆਪਾਂ ਰਹਿ ਰਹਿ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਆਪਾਂ ਸਾਰੇ ਰਲ ਕਰਕੇ ਵਾਹਿਗੁਰੂ ਨੂੰ ਜਪੀਏ, ਵਾਹਿਗੁਰੂ ਦੀ ਵਡਿਆਈ ਕਰੀਏ ਤਾਂ ਮਹਾਰਾਜ ਕਹਿੰਦੇ ਉਹ ਵੱਡਾ ਨਹੀਂ ਹੋ ਜਾਂਦਾ। ਅਤੇ ਜੇ ਸਾਰੇ ਆਪਾਂ ਮਿਲ ਕਰਕੇ ਉਹਦੀ ਨਿੰਦਿਆ ਕਰਨ ਲੱਗ ਪਈਏ ਤਾਂ ਪਾਤਸ਼ਾਹ ਕਹਿੰਦੇ ਉਹਦਾ ਕੋਈ ਘਟਣਾ ਨਹੀਂ ਗਾ। ਨਿੰਦਿਆ ਕਰਾਂਗੇ ਤਾਂ ਘਟਣਾ ਵੀ ਸਾਡਾ ਹੈ, ਰੱਬ ਦੀ ਵਡਿਆਈ ਕਰਾਂਗੇ ਤਾਂ ਵਧਣਾ ਵੀ ਸਾਡਾ ਹੈ। ਪਰਮੇਸ਼ੁਰ ਦਾ ਇਹਦੇ ਵਿੱਚ ਕੋਈ ਮਸਲਾ ਨਹੀਂ ਰਹਿ ਜਾਂਦਾ ਕਿ ਆਪਾਂ ਆਖੀਏ ਵੀ ਪਰਮੇਸ਼ੁਰ ਦੀ ਵਡਿਆਈ ਵੱਡੀ ਹੋ ਜਾਵੇਗੀ ਸਾਡੇ ਕਹਿਣ ਨਾਲ। ਸਾਡੇ ਕਹਿਣ ਨਾਲ ਨਾ ਉਹ ਵੱਡਾ ਹੁੰਦਾ ਹੈ ਅਤੇ ਨਾ ਛੋਟਾ ਹੁੰਦਾ ਹੈ। ਬਸ ਅਸੀਂ ਉਸ ਨੂੰ ਵੱਡਾ ਕਹੀਏ ਅਤੇ ਵੱਡੇ ਬਣ ਜਾਵਾਂਗੇ। ਜੇ ਅਸੀਂ ਉਸ ਨੂੰ ਨੀਵਾਂ ਦਰਸਾਵਾਂਗੇ ਤਾਂ ਆਪ ਨੀਵੇਂ ਹੋ ਜਾਵਾਂਗੇ। ਪਰਮੇਸ਼ੁਰ ਦਾ ਕੁਝ ਵੀ ਘਟਣਾ ਅਤੇ ਵਧਣਾ ਨਹੀਂ। ਸੋ ਐਸਾ ਕੌਤਕ ਵਾਪਰਿਆ ਸੀ, ਬੀਬੀ ਰਜਨੀ ਦਾ ਪਤੀ ਠੀਕ ਹੋਇਆ। ਕਾਲੇ ਕਾਵਾਂ ਦਾ ਜ਼ਿਕਰ ਵੀ ਇਤਿਹਾਸ ਵਿੱਚ ਆਇਆ ਹੈ, ਕਿਉਂਕਿ ਪਰਮੇਸ਼ੁਰ ਕੌਤਕ ਵਰਤਾਉਂਦਾ ਹੈ ਆਪਣੇ ਪਿਆਰਿਆਂ ਨੂੰ ਸਿਦਕ ਦੇਣ ਵਾਸਤੇ। ਉਹਦਾ ਇੱਕ ਢੰਗ ਹੈ ਕਿ ਕਿਸੇ ਤਰੀਕੇ ਨਾਲ ਇਹਦਾ ਮੇਰੇ 'ਤੇ ਵਿਸ਼ਵਾਸ ਬਣ ਜਾਵੇ। ਹੁਣ ਕਈ ਵਾਰ ਵੇਖੋ, ਆ 21 ਤਰੀਕ ਦੀ ਘਟਨਾ ਹੈ, ਐਸ 21 ਦੀ ਆ ਦੁੱਖ ਭੰਜਣੀ ਬੇਰੀ ਦੇ ਥੱਲੇ ਇੱਕ ਨੌਜਵਾਨ ਲੜਕੀ 17-18 ਸਾਲਾਂ ਦੀ ਹੈ, ਜਿਹਨੂੰ ਕੰਨਾਂ ਤੋਂ ਸੁਣਦਾ ਵੀ ਨਹੀਂ ਅਤੇ ਅੱਖਾਂ ਤੋਂ ਦਿਸਦਾ ਵੀ ਨਹੀਂ। ਉਹਨੇ ਦੁੱਖ ਭੰਜਣੀ ਬੇਰੀ ਦੇ ਥੱਲੇ ਇਸ਼ਨਾਨ ਕੀਤਾ ਹੈ ਅਤੇ ਜਪਜੀ ਸਾਹਿਬ ਦਾ ਪਾਠ ਕੀਤਾ, ਗੁਰੂ ਰਾਮਦਾਸ ਜੀ ਦਾ ਧਿਆਨ ਧਾਰ ਕਰਕੇ, ਅਤੇ ਗੁਰਮੁਖੋ ਉਹਦੀ ਨਿਗਾਹ ਵੀ ਵਾਪਸ ਆ ਗਈ ਹੈ ਅਤੇ ਉਹਨੂੰ ਕੰਨਾਂ ਤੋਂ ਸੁਣਨਾ ਵੀ ਆਰੰਭ ਹੋ ਗਿਆ। ਹੁਣ ਆਪਾਂ ਆਖਾਂਗੇ ਵੀ ਸਾਰਿਆਂ ਨਾਲ ਇਹ ਘਟਨਾ ਕਿਉਂ ਨਹੀਂ ਵਾਪਰਦੀ, ਸਾਰਿਆਂ ਨਾਲ ਇਹ ਘਟਨਾ ਨਹੀਂ ਵਾਪਰਨੀ, ਕਿਉਂਕਿ ਪਾਤਸ਼ਾਹ ਕਿਤੇ ਕਿਤੇ ਵਰਤਾਉਂਦੇ ਨੇ ਵੀ ਦੂਜਿਆਂ ਨੂੰ ਭਰੋਸਾ ਵੱਧ ਜਾਵੇ, ਦੂਜਿਆਂ ਦੀ ਭਾਵਨਾ ਬਣ ਜਾਵੇ। ਅਤੇ ਗੁਰੂ ਪਿਆਰ ਵਾਲੀ ਘਟਨਾਵਾਂ ਦਰਬਾਰ ਸਾਹਿਬ 1-2 ਨਹੀਂ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਵਾਪਰ ਚੁੱਕੀਆਂ ਨੇ। ਪਿਛਲੇ 2016 ਦੇ ਵਿੱਚ 4 ਫਰਵਰੀ ਨੂੰ ਘਟਨਾ ਵਾਪਰੀ ਸੀ, ਤੁਸੀਂ ਸਾਰਿਆਂ ਨੇ ਵੇਖੀ ਹੋਵੇਗੀ ਕਿ ਜੰਮੂ ਦੇ ਰਹਿਣ ਵਾਲਾ ਇੱਕ ਨੌਜਵਾਨ ਲੜਕਾ ਜਿਸਦਾ ਨਾਂ ਸੀ ਜਸਵਿੰਦਰ ਸਿੰਘ, ਗੁਰਮੁਖੋ ਉਹਦੇ ਹੱਥ ਪੈਰ ਵੀ ਜੁੜੇ ਹੋਏ ਸਨ, ਉਹਦੇ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ ਅਤੇ ਬੋਲਿਆ ਵੀ ਨਹੀਂ ਸੀ ਜਾਂਦਾ। ਅਤੇ ਉਹਨੂੰ ਗੁਰੂ ਪਿਆਰ ਵਾਲਿਓ ਵੀਲ ਚੇਅਰ 'ਤੇ ਪਾ ਕਰਕੇ ਸ੍ਰੀ ਅੰਮ੍ਰਿਤਸਰ ਲਿਆਂਦਾ ਸੀ, ਲਿਆਂਦਾ ਅਤੇ ਇਲਾਜ ਵਾਸਤੇ ਸੀ ਹੋਸਪਿਟਲ। ਪਰ ਜਸਵਿੰਦਰ ਸਿੰਘ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਮੈਨੂੰ ਇੱਕ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈ ਜਾਓ, ਮੈਂ ਉੱਥੇ ਜਾਣਾ ਚਾਹੁੰਦਾ ਹੈ।
ਉਹਦਾ ਮਾਂ ਬਾਪ ਉਸ ਨੂੰ ਨਾਲ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਇਆ ਅਤੇ ਗੁਰਮੁਖੋ ਉਸ ਵੇਲੇ ਰਾਤ ਦਾ ਸਮਾਂ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਨ ਹੋਣਾ ਸੀ ਅਤੇ ਉਹ ਟਾਈਮ ਸੀ ਗੁਰੂ ਪਿਆਰ ਵਾਲਿਓ ਅਤੇ ਅਰਦਾਸ ਪ੍ਰਾਰੰਭ ਹੋਈ ਰਹਿ ਰਾਸ ਤੋਂ ਬਾਅਦ ਅਤੇ ਗੁਰਮੁਖੋ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਰਦਾਸ ਹੁੰਦੀ ਹੈ ਅਤੇ ਉਸ ਵੇਲੇ ਸਾਰੀ ਸੰਗਤ ਖਲੋ ਜਾਂਦੀ ਹੈ, ਕਿਸੇ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਂਦਾ ਜਿੰਨਾ ਚਿਰ ਅਰਦਾਸ ਪੂਰੀ ਨਹੀਂ ਹੋ ਜਾਂਦੀ। ਪਰ ਗੁਰੂ ਪਿਆਰ ਵਾਲਿਓ ਜੋ ਭਾਈ ਜਸਵਿੰਦਰ ਸਿੰਘ ਜੀ, ਉਹਦੇ ਮਾਂ ਬਾਪ ਨੇ ਆਖਿਆ ਕਿ ਸਾਡਾ ਲੜਕਾ ਠੀਕ ਨਹੀਂ, ਅਸੀਂ ਅਰਦਾਸ ਦੇ ਵਿੱਚ ਇਹਨੂੰ ਸ਼ਾਮਿਲ ਕਰਨਾ, ਸਾਡੀ ਬੇਨਤੀ ਹੈ ਕਿ ਅਸੀਂ ਇਸ ਨੂੰ ਲੈ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਾਣਾ। ਅਤੇ ਗੁਰਮੁਖੋ ਉਸ ਵੇਲੇ ਵੀਲ ਚੇਅਰ ਦਰਸ਼ਨੀ ਡਿਉੜੀ ਤੋਂ ਅੱਗੇ ਨਹੀਂ ਜਾਣ ਦਿੱਤੀ ਜਾਂਦੀ, ਉਸ ਤੋਂ ਅੱਗੇ ਗੁਰੂ ਪਿਆਰ ਵਾਲਿਓ ਇੱਕ ਸੇਵਾਦਾਰ ਨੇ ਜਸਵਿੰਦਰ ਸਿੰਘ ਨੂੰ ਮੋਢਿਆਂ 'ਤੇ ਚੁੱਕਿਆ ਹੈ ਅਤੇ ਮੋਢਿਆਂ 'ਤੇ ਚੁੱਕ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਬਾਰ ਦੇ ਅੰਦਰ ਲੈ ਕਰਕੇ ਗਿਆ ਹੈ ਅਤੇ ਅਰਦਾਸ ਪ੍ਰਾਰੰਭ ਹੋਈ ਹੈ। ਸ਼ਾਇਦ ਤੁਸੀਂ ਇਹ ਵੀਡੀਓ ਵੇਖੀ ਹੋਵੇਗੀ, CCTV ਕੈਮਰਿਆਂ ਦੇ ਵਿੱਚ ਵੀ ਬਣੀ ਹੈ, ਲਾਈਵ ਵੀਡੀਓ ਬਣੀ ਹੋਈ ਹੈ। ਅਤੇ ਗੁਰੂ ਪਿਆਰ ਵਾਲਿਓ ਉਸ ਵੇਲੇ ਕਹਿੰਦੇ ਨੇ ਪਹਿਲਾਂ ਇੱਕ ਵਾਰ ਉਸ ਨੂੰ ਅਰਦਾਸ ਵਿੱਚ ਖੜ੍ਹਾ ਕੀਤਾ ਹੈ ਪਰ ਉਹਦੀਆਂ ਲੱਤਾਂ ਨੇ ਆਸਰਾ ਨਹੀਂ ਕੀਤਾ, ਉਹ ਡਿੱਗ ਪੈਂਦਾ ਹੈ ਵੀਡੀਓ ਦੇ ਵਿੱਚ। ਇਹ PTC ਨਿਊਜ਼ 'ਤੇ ਵੀ ਵੀਡੀਓ ਦਿਖਾਈ ਗਈ ਹੈ। ਅਤੇ ਗੁਰੂ ਪਿਆਰ ਵਾਲਿਓ ਉਹ ਡਿੱਗ ਪੈਂਦਾ ਹੈ, ਦੂਜੀ ਵਾਰ ਫਿਰ ਉੱਠਦਾ ਹੈ ਅਤੇ ਫਿਰ ਡਿੱਗ ਪੈਂਦਾ ਹੈ, ਤੀਜੀ ਵਾਰ ਜਦੋਂ ਉੱਠਣ ਲੱਗਦਾ ਹੈ ਅਤੇ ਉਹਦਾ ਮਾਮਾ ਉਹਨੂੰ ਮੋਢੇ ਤੋਂ ਫੜ ਕਰਕੇ ਉਠਾਉਣ ਦਾ ਯਤਨ ਕਰਦਾ ਹੈ ਅਤੇ ਸੇਵਾਦਾਰ ਕਹਿ ਦਿੰਦਾ ਵੀ ਨਹੀਂ, ਇਸ ਨੂੰ ਹੁਣ ਤੁਸੀਂ ਆਪ ਨਹੀਂ ਉਠਾਉਣਾ, ਇਹਨੂੰ ਗੁਰੂ ਰਾਮਦਾਸ ਜੀ ਉਠਾਉਣਗੇ। ਤੀਜੀ ਵਾਰ ਜਦੋਂ ਉਹ ਉੱਠਦਾ ਹੈ, ਜੰਗਲੇ ਨਾਲ ਹੱਥ ਪਾ ਕਰਕੇ ਖੜ੍ਹਾ ਹੁੰਦਾ ਹੈ ਅਤੇ ਅਰਦਾਸ ਦੇ ਵਿੱਚ ਜਦੋਂ ਖੜ੍ਹਾ ਹੋ ਜਾਂਦਾ ਹੈ ਅਤੇ ਅਚਨਚੇਤ ਇਹ ਕੌਤਕ ਵਾਪਰਦਾ ਹੈ, ਉਹਦੀਆਂ ਲੱਤਾਂ ਠੀਕ ਹੋ ਜਾਂਦੀਆਂ ਨੇ। ਤੁਸੀਂ ਵੀਡੀਓ ਦੇਖੋਗੇ ਅਤੇ ਉਹਦੇ ਵਿੱਚ ਬਕਾਇਦਾ ਇਹ ਦਿਸ ਰਿਹਾ ਹੈ ਕਿ ਗੁਰੂ ਪਿਆਰ ਵਾਲਿਓ ਉਹ ਆਪਣੇ ਆਪ ਵੱਲ ਬੜੇ ਗਾਹੋ ਨਾਲ ਵੇਖਦਾ ਹੈ ਕਿ ਮੇਰੇ ਨਾਲ ਇਹ ਭਾਣਾ ਕੀ ਵਾਪਰਿਆ, ਮੈਂ ਠੀਕ ਕਿਵੇਂ ਹੋ ਗਿਆ। ਕਦੇ ਉਹ ਆਪਣੀਆਂ ਲੱਤਾਂ ਵੱਲ ਵੇਖਦਾ ਹੈ, ਸਰੀਰ ਵੱਲ ਦੇਖਦਾ ਹੈ, ਉਹ ਬਿਲਕੁਲ ਨਾਓਂ ਬਰਨਾਓਂ ਹੋ ਕਰਕੇ ਖਲੋ ਜਾਂਦਾ ਹੈ। ਫਿਰ ਜਦੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਆਪਾਂ ਅਰਦਾਸ ਵਿੱਚ ਇਹ ਬਚਨ ਬੋਲਦੇ ਹਾਂ ਅਤੇ ਮੱਥਾ ਟੇਕਦੇ ਹਾਂ, ਉਸ ਵੇਲੇ ਉਹ ਜਸਵਿੰਦਰ ਸਿੰਘ ਆਪੇ ਮੱਥਾ ਟੇਕਦਾ ਹੈ ਅਤੇ ਆਪੇ ਉੱਠ ਕਰਕੇ ਖੜ੍ਹਾ ਹੋ ਜਾਂਦਾ। ਇਹ ਪਿਛਲੇ 2016 ਦੇ ਵਿੱਚ 4 ਫਰਵਰੀ ਨੂੰ ਘਟਨਾ ਵਾਪਰੀ ਅਤੇ ਗੁਰੂ ਪਿਆਰ ਵਾਲਿਓ ਉਸ ਵੇਲੇ ਜਸਵਿੰਦਰ ਸਿੰਘ ਕੁਝ ਘੜੀਆਂ ਉੱਥੇ ਬੈਠ ਕਰਕੇ ਬਾਅਦ ਵਿੱਚ ਬਾਹਰ ਵਾਪਸ ਆਉਂਦਾ, ਆਪ ਤੁਰ ਕੇ ਜਿੱਥੇ ਲਾਚੀ ਬੇਰ ਹੈ, ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਜਿੱਥੇ ਵਰਤਾਈ ਜਾਂਦੀ ਹੈ, ਉਹ ਜਿਹੜੀ ਬੇਰੀ ਹੈ ਉਹਨੂੰ ਲਾਚੀ ਬੇਰ ਕਿਹਾ ਜਾਂਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 3 ਬੇਰੀਆਂ ਜੋ ਬੜੀਆਂ ਇਤਿਹਾਸਕ ਨੇ ਅਤੇ ਮਸ਼ਹੂਰ ਨੇ, ਇੱਕ ਤਾਂ ਲਾਚੀ ਬੇਰ ਜਿੱਥੇ ਪ੍ਰਸ਼ਾਦ ਵਰਤਾਇਆ ਜਾਂਦਾ, ਦੂਜੀ ਦੁੱਖ ਭੰਜਨੀ ਬੇਰੀ ਉਹਨੂੰ ਸਾਰੇ ਤੁਸੀਂ ਜਾਣਦੇ ਹੋ, ਤੀਸਰੀ ਬੇਰੀ ਜਿਹੜੀ ਹੈ ਘੰਟਾ ਘਰ ਚੌਂਕ ਵਾਲੇ ਪਾਸੇ ਜਿਹਨੂੰ ਆਪਾਂ ਬੇਰ ਬਾਬਾ ਬੁੱਢਾ ਸਾਹਿਬ ਕਹਿੰਦੇ, ਉਹਦੇ ਥੱਲੇ ਲਿਖਿਆ ਹੋਇਆ ਬਕਾਇਦਾ, ਉਹ ਬੇਰ ਬਾਬਾ ਬੁੱਢਾ ਸਾਹਿਬ ਉਸ ਨੂੰ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਉਸ ਬੇਰੀ ਦੇ ਥੱਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬੈਠ ਕਰਕੇ ਸੰਗਤਾਂ ਤੋਂ ਸੇਵਾ ਕਰਵਾਉਂਦੇ ਰਹੇ। ਉਹ ਬਾਬਾ ਬੁੱਢਾ ਜੀ ਦੀ ਨਿਸ਼ਾਨੀ ਅੱਜ ਵੀ ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਹ 3 ਇਤਿਹਾਸਕ ਬੇਰੀਆਂ ਨੇ ਅਤੇ ਜਿਹੜੀ ਲਾਚੀ ਬੇਰ ਆ ਨਾ, ਇਹਦਾ ਵੀ ਬੜਾ ਮਹੱਤਵਪੂਰਨ ਇਤਿਹਾਸ ਹੈ। ਲਾਚੀ ਬੇਰ ਇਸ ਨੂੰ ਤਾਂ ਕਿਹਾ ਜਾਂਦਾ, ਇਹਦੇ ਛੋਟੇ ਛੋਟੇ ਲਾਚੀਆਂ ਵਰਗੇ ਬੇਰ ਨੇ ਅਤੇ ਤਾਂ ਇਹਦਾ ਨਾਂ ਜਿਹੜਾ ਲਾਚੀ ਬੇਰ ਪੈ ਗਿਆ ਹੈ। ਜਦੋਂ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ ਅਤੇ ਮੱਸੇ ਰੰਗੜ ਦਾ ਸਿਰ ਵੱਢਣ ਵਾਸਤੇ 2 ਸੂਰਮੇ ਗੁਰੂ ਕੇ ਆਏ ਨੇ, ਭਾਈ ਸੁੱਖਾ ਸਿੰਘ ਜੀ ਅਤੇ ਭਾਈ ਮਹਿਤਾਬ ਸਿੰਘ ਜੀ, ਉਹਨਾਂ ਦੋਨਾਂ ਸੂਰਮਿਆਂ ਨੇ ਆਪਣੇ ਘੋੜੇ ਇਸ ਬੇਰੀ ਨਾਲ ਬੱਧੇ ਸਨ ਅਤੇ ਮੱਸੇ ਰੰਗੜ ਦਾ ਸਿਰ ਵੱਢ ਕਰਕੇ ਫਿਰ ਇੱਥੋਂ ਹੀ ਘੋੜੇ ਖੋਲ੍ਹ ਕਰਕੇ ਘੋੜਿਆਂ 'ਤੇ ਚੜ੍ਹ ਕਰਕੇ ਇੱਥੋਂ ਨੇਜੇ 'ਤੇ ਉੱਪਰ ਮੱਸੇ ਰੰਗੜ ਦਾ ਸਿਰ ਟੰਗ ਕਰਕੇ ਖੜਿਆ ਸੀ। ਜਦੋਂ ਉਸ ਬੇਰੀ ਦੇ ਕੋਲ ਭਾਈ ਜਸਵਿੰਦਰ ਸਿੰਘ ਅਤੇ ਉਹਦਾ ਪਰਿਵਾਰ ਪਹੁੰਚਿਆ, ਹੁਣ ਲੱਤਾਂ 'ਤੇ ਠੀਕ ਹੋ ਗਈਆਂ ਪਰ ਜ਼ਬਾਨ ਤੋਂ ਬੋਲਿਆ ਨਹੀਂ ਜਾਂਦਾ, ਅਤੇ ਗੁਰੂ ਪਿਆਰ ਵਾਲਿਓ ਜਦੋਂ ਕੜਾਹ ਪ੍ਰਸ਼ਾਦ ਦੀ ਦੇਗ ਲਈ
ਤੇ ਕੜਾ ਪ੍ਰਸ਼ਾਦ ਦੀ ਦੇਗ ਲੈ ਕਰਕੇ ਜਸਵਿੰਦਰ ਨੇ ਆਪਣੇ ਮੁੱਖ ਵਿੱਚ ਪਾਈ ਹੈ ਅਤੇ ਕਹਿੰਦੇ ਨੇ ਉਹ ਮੁੱਖ ਤੋਂ ਬੋਲਣ ਲੱਗ ਪਿਆ। ਵੇਖੋ ਇਹ ਗੁਰੂ ਦੀ ਕਿਰਪਾ ਹੈ। ਅਤੇ ਮੈਂ ਇਹ ਘਟਨਾ ਕਈ ਵਾਰ ਸੁਣਾਈ ਆ ਅਤੇ ਕਈ ਵੀਰ ਜਿਹੜੇ ਨਿਸ਼ਰਦਕ ਲੋਕ ਨੇ ਉਹ ਕਮੈਂਟ ਵੀ ਉਹੋ ਜਿਹੇ ਦੇਣਗੇ। ਉਹਨਾਂ ਨੇ ਮੈਨੂੰ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਵੀ ਫਿਰ ਤਾਂ ਜਿਹੜਾ ਪਿੰਗਲਵਾੜਾ ਪੂਰਨ ਸਿੰਘ ਜੀ ਦਾ ਹੈ ਉਹ ਬੰਦ ਕਰ ਦੇਣਾ ਚਾਹੀਦਾ, ਸਾਰੇ ਪਿੰਗਲੇ ਜਿਹੜੇ ਦਰਬਾਰ ਸਾਹਿਬ ਲੈ ਆਉਣੇ ਚਾਹੀਦੇ ਹੈ ਜੇ ਇਸ ਤਰ੍ਹਾਂ ਠੀਕ ਹੋ ਜਾਣ। ਵੇਖੋ ਕਿੱਥੋਂ ਤੱਕ ਘਟੀਆ ਸੋਚ ਸਾਡੀ, ਇਹਨੂੰ ਸਮਝਣ ਦੀ ਲੋੜ ਹੈ। ਗੁਰਮੁਖੋਂ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਹੈ, ਸਾਰੇ ਨਹੀਂ ਜੇ ਠੀਕ ਹੋਣੇ। ਇੱਥੇ ਖੇਡ ਭਾਵਨਾ ਦੀ ਹੈ, ਜਿਹਦੀ ਭਾਵਨਾ ਚੰਗੀ ਹੈ ਉਹਨੂੰ ਸਭ ਕੁਝ ਮਿਲਣਾ, ਜਿਹਦੀ ਭਾਵਨਾ ਨਹੀਂ ਨਾ ਚੰਗੀ ਤਾਂ ਉਹ ਤਾਂ ਭਾਵੇਂ ਵਾਰ ਵਾਰ ਉੱਥੇ ਚਲਾ ਜਾਵੇ, ਕਿਉਂਕਿ ਉਹਦੇ ਬਾਰੇ ਤਾਂ ਗੁਰਬਾਣੀ ਦਾ ਫੈਸਲਾ ਹੈ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਚੋਰ ਸੇ ਚੋਰਾ ਚੋਰ, ਸਾਧ ਭਲੇ ਅਣ ਨਹਾਤਿਆਂ। ਸੋ ਗੁਰੂ ਪਿਆਰ ਵਾਲਿਓ, ਰੱਬ ਦੇ ਪਿਆਰੇ 'ਤੇ ਉੱਥੇ ਇਸ਼ਨਾਨ ਕਰਨ ਜਾਣ ਜਾਂ ਨਾ ਜਾਣ, ਉਹ ਫਿਰ ਵੀ ਗੁਰੂ ਦੇ ਹੁਕਮ ਵਿੱਚ ਨੇ, ਉਹਨਾਂ ਨੂੰ ਉੱਥੇ ਹੀ ਮਾਲਕ ਦਾ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ। ਪਰ ਚੋਰ ਸੇ ਚੋਰਾ ਚੋਰ, ਚੋਰ ਉੱਥੇ ਇਸ਼ਨਾਨ ਕਰਕੇ ਵੀ ਚੋਰ ਹੈ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਖੇਡ ਭਾਵਨਾ ਦੀ ਮੈਂ ਗੁਰਬਾਣੀ ਦਾ ਬਚਨ ਤੁਹਾਡੇ ਨਾਲ ਸਾਂਝਾ ਕਰਾਂ। ਸਤਿਗੁਰਾਂ ਦੀ ਪਾਵਨ ਬਾਣੀ ਦੇ ਬੋਲ ਆਪਾਂ ਪੜ੍ਹਦੇ ਹਾਂ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤੇਹਾ ਫਲ ਪਾਈਐ। ਗੁਰਬਾਣੀ ਦਾ ਫੈਸਲਾ ਹੈ ਕਿ ਭਾਈ ਸਤਿਗੁਰੂ ਤਾਂ ਸਦਾ ਦਿਆਲੂ ਹੈ, ਪਰ ਬਿਨਾਂ ਭਾਗਾਂ ਤੋਂ ਅਸੀਂ ਕੀ ਪਾ ਸਕਦੇ ਹਾਂ। ਏਕ ਨਦਰ ਕਰ ਵੇਖੈ ਸਭ ਉੱਕਰ, ਇੱਕੇ ਨਿਗਾਹ ਨਾਲ ਸਾਰਿਆਂ ਨੂੰ ਵੇਖਦਾ ਰੱਬ, ਕੋਈ ਵੱਖਰੀ ਵੱਖਰੀ ਦ੍ਰਿਸ਼ਟੀ ਨਾਲ ਨਹੀਂ ਵੇਖਦਾ। ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤੇਹਾ ਫਲ ਪਾਈਐ। ਜਿਹੋ ਜੀ ਭਾਵਨਾ ਲੈ ਕਰਕੇ ਆਵਾਂਗੇ, ਉਹੋ ਜਿਹਾ ਫਲ ਗੁਰੂ ਰਾਮਦਾਸ ਜੀ ਦੇ ਘਰ ਵਿੱਚੋਂ ਮਿਲੇਗਾ। ਖੇਡ ਸਾਡੀ ਭਾਵਨਾ 'ਤੇ ਹੈ, ਜੇ ਭਾਵਨਾ ਸ਼ੁੱਧ ਹੋਵੇਗੀ ਤਾਂ ਗੁਰੂ ਦੀ ਕਿਰਪਾ ਹੋਵੇਗੀ, ਜੇ ਭਾਵਨਾ ਸ਼ੁੱਧ ਨਹੀਂ ਤਾਂ ਗੁਰੂ ਦੀ ਕਿਰਪਾ ਨਹੀਂ ਹੋਵੇਗੀ। ਢਾਡੀ ਵੀਰਾਂ ਨੇ ਇੱਕ ਬਚਨ ਹੋਰ ਕਿਹਾ ਸੀ ਵੀ ਕਰਮਾਂ ਦੀ ਖੇਡ ਜਿਹੜੀ ਉਹ ਬਦਲ ਨਹੀਂ ਸਕਦੀ। ਇਹ ਸ਼ਬਦ ਵਰਤਿਆ ਜਾਂਦਾ ਹੈ, ਪਰ ਜਦੋਂ ਗੁਰਮਤ ਨੂੰ ਗਹੋਂ ਨਾਲ ਵਿਚਾਰੀਏ, ਗੁਰੂ ਕੋਲ ਐਸੀ ਸਮਰੱਥਾ ਹੈ ਕਿ ਉਹ ਸਾਡੇ ਕਰਮ ਬਦਲ ਸਕਦਾ ਹੈ। ਇਹ ਧਿਆਨ ਦੇਣਾ, ਗੁਰੂ ਕੋਲ ਐਸੀ ਸਮਰੱਥਾ ਹੈ ਕਿ ਗੁਰੂ ਸਾਡੇ ਕਰਮ ਵੀ ਬਦਲ ਸਕਦਾ ਹੈ। ਬੀਬੀ ਰਜਨੀ ਦੇ ਕਰਮ ਕਿਸੇ ਹੋਰ ਨੇ ਨਹੀਂ ਬਦਲੇ, ਗੁਰੂ ਨੇ ਬਦਲੇ ਹੈ, ਕਿਉਂਕਿ ਇੱਕ ਕੌੜੀ ਨੂੰ ਨਵਾਂ ਨਰੂਆ ਬਣਾ ਦਿੱਤਾ ਹੈ। ਅਤੇ ਗੁਰਮੁਖੋ, ਉਹ ਵਿਸ਼ਵਾਸ ਬੱਝਾ ਕਿਵੇਂ ਹੈ? ਉਹ ਵਿਸ਼ਵਾਸ ਬੱਝਾ ਹੈ ਜਦੋਂ ਉਹ ਸਾਹਮਣੇ ਅਸਥਾਨ ਸੀ, ਗੁਰੂ ਰਾਮਦਾਸ ਜੀ ਦਾ ਹੱਥੀਂ ਬਣਾਇਆ ਸਰੋਵਰ, ਜੋ ਕੱਚੇ ਰੂਪ ਦੇ ਵਿੱਚ ਮਹਾਰਾਜ ਨੇ ਖੁਦਾਈ ਕੀਤੀ ਸੀ, ਪਰ ਮੀਂਹ ਪੈ ਪੈ ਕਰਕੇ, ਮਿੱਟੀ ਰੁੜ ਰੁੜ ਕਰਕੇ ਉਹ ਪੂਰਿਆ ਗਿਆ ਸੀ, ਨਜ਼ਰ ਨਹੀਂ ਸੀ ਆ ਰਿਹਾ। ਪਰ ਗੁਰੂ ਨੇ ਕੌਤਕ ਵਰਤਾਇਆ ਹੈ ਕਿ ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋ ਹੈ। ਅਤੇ ਗੁਰੂ ਪਿਆਰ ਵਾਲਿਓ, ਉੱਥੇ ਗੁਰੂ ਨੇ ਕੌਤਕ ਵਰਤਾਇਆ ਹੈ ਕਿ ਭਰੋਸਾ ਵੱਧ ਜਾਵੇ, ਕਾਲੇ ਕਾਂ ਉਸ ਵਿੱਚ ਟੁੱਬੀ ਮਾਰਦੇ ਨੇ ਅਤੇ ਚਿੱਟੇ ਹੋ ਕਰਕੇ ਉੱਥੋਂ ਉੱਡ ਜਾਂਦੇ ਨੇ। ਇਹ ਖੇਡ ਭਰੋਸੇ ਦੀ ਸੀ, ਗੁਰੂ ਨੇ ਕੌਤਕ ਵਰਤਾਇਆ ਹੈ। ਪਰ ਜੇ ਆਪਾਂ ਆਖੀਏ ਅੱਜ ਨਹੀਂ ਹੁੰਦੇ, ਐਸਾ ਨਹੀਂ ਹੁੰਦਾ। ਧਿਆਨ ਦੇਣਾ, ਇਹ ਗੁਰੂ ਉਹਨਾਂ 'ਤੇ ਕਿਰਪਾ ਕਰਦਾ ਹੈ ਜਿਨ੍ਹਾਂ ਦੀ ਭਾਵਨਾ। ਅੱਜ ਵੀ ਬੜਾ ਕੁਝ ਹੁੰਦਾ ਹੈ, ਪਰ ਜਿਹਨੇ ਮੰਨਣਾ ਹੈ ਉਹਦੇ ਵਾਸਤੇ ਹੁੰਦਾ, ਜਿਹਨੇ ਨਹੀਂ ਮੰਨਣਾ ਉਹਦੇ ਵਾਸਤੇ ਕੱਖ ਵੀ ਨਹੀਂ ਹੁੰਦਾ। ਗੁਰੂ ਕੋਲ ਸਮਰੱਥਾ ਹੈ ਅਤੇ ਉਹ ਕਰੋੜਾਂ ਕਰਮ ਕੱਟ ਸਕਦਾ। ਗੁਰਬਾਣੀ ਦੇ ਵਿੱਚੋਂ ਅਸੀਂ ਸ਼ਬਦ ਪੜ੍ਹਦੇ ਹਾਂ, ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਜੇ ਅਸੀਂ ਗੁਰੂ ਸ਼ਬਦ ਨਾਲ ਜੁੜ ਜਾਈਏ ਤਾਂ ਗੁਰੂ ਦਾ ਸ਼ਬਦ ਸਾਡੇ ਕਰੋੜਾਂ ਕਰਮਾਂ ਨੂੰ ਕੱਟ ਸਕਦਾ ਹੈ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਕਈ ਵਾਰ ਅਸੀਂ ਇਹ ਕਹਿ ਕਰਕੇ ਗੁਰੂ ਤੋਂ ਦੂਰ ਹੋ ਜਾਂਦੇ ਹਾਂ ਵੀ ਸਾਡੇ ਕਰਮ ਮਾੜੇ ਨੇ, ਅਸੀਂ ਕਿੱਥੋਂ ਗੁਰੂ ਕੋਲ ਜਾ ਸਕਦੇ। ਬਹੁਤਾਤ ਮੈਂ ਇਹ ਆਪਣੇ ਕੰਨਾਂ ਨਾਲ ਸੁਣਿਆ, ਸੰਗਤ ਤੋਂ ਕੰਨੀ ਕਤਰਾਉਣ ਵਾਲੇ ਲੋਕ ਇਹ ਗੱਲ ਕਹਿ ਕਰਕੇ ਦੂਰ ਹੋ ਜਾਂਦੇ ਆ ਵੀ ਸਾਡੇ ਕਰਮਾਂ 'ਚ ਨਹੀਂ। ਚਲੋ ਇਹ ਗੱਲ ਮੰਨ ਲਈ ਜਾਵੇ ਤੁਹਾਡੇ ਕਰਮਾਂ 'ਚ ਸੰਗਤ ਨਹੀਂ,
ਤੁਸੀਂ ਆਪ ਕਹਿ ਦਿੱਤਾ ਵੀ ਸਾਡੇ ਕਰਮਾਂ ਵਿੱਚ ਨਹੀਂ ਧਿਆਨ ਦਿਓ। ਮੈਂ ਕੁਝ ਇਤਿਹਾਸ ਵਿੱਚੋਂ ਤੁਹਾਡੇ ਨਾਲ ਸਾਂਝ ਪਾਉਣੀ ਹੈ। ਪੰਡਿਤ ਤਾਰਾ ਸਿੰਘ ਨਰੋਤਮ ਹੋਏ ਬੜੇ ਵਿਦਵਾਨ, ਉਹਨਾਂ ਨੇ ਇੱਕ ਛੋਟਾ ਜਿਹਾ ਗ੍ਰੰਥ ਲਿਖਿਆ ਜਿਸ ਗ੍ਰੰਥ ਦਾ ਨਾਂ ਹੈ ਤੀਰਥ ਸੰਗ੍ਰਹਿ। ਉਹਦੇ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਕੁਝ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇੱਕ ਬੜੀ ਸੁੰਦਰ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਇੱਕ ਦਿਨ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਸੋ ਗੁਰੂ ਪਿਆਰ ਵਾਲਿਓ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ ਅਤੇ ਸੰਗਤਾਂ ਆ ਰਹੀਆਂ ਨੇ, ਕੁਝ ਸੰਗਤਾਂ ਜਾ ਰਹੀਆਂ ਨੇ, ਭੇਟਾਵਾਂ ਅਰਪਣ ਕਰਦੀਆਂ ਨੇ, ਮੱਥੇ ਟੇਕਦੀਆਂ ਨੇ। ਕਹਿੰਦੇ ਉੱਥੇ ਇੱਕ ਪੰਡਿਤ ਆ ਗਿਆ ਜਿਸ ਪੰਡਿਤ ਦਾ ਨਾਂ ਸੀ ਕਾਂਸ਼ੀ ਰਾਮ। ਕਾਂਸ਼ੀ ਰਾਮ ਨਾਮ ਦਾ ਪੰਡਿਤ ਚੱਲ ਕਰਕੇ ਆਇਆ, ਮੱਥਾ ਉਹਨੇ ਵੀ ਸਤਿਗੁਰੂ ਨੂੰ ਟੇਕਿਆ ਪਰ ਅੰਦਰੋਂ ਨਹੀਂ, ਕੇਵਲ ਬਾਹਰੋਂ ਬਾਹਰੋਂ। ਅਤੇ ਸਤਿਗੁਰਾਂ ਦੇ ਕੋਲ ਬੈਠ ਗਿਆ ਅਤੇ ਉਸਨੇ ਸਵਾਲ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੂੰ। ਅਤੇ ਸਵਾਲ ਬੜਾ ਤਰਕ ਵਾਲਾ ਸੀ ਪਰ ਪੂਰਾ ਗੁਰੂ ਉਹਦਾ ਜਵਾਬ ਦੇ ਸਕਦਾ, ਸਾਡੇ ਕੋਲ ਭਾਵੇਂ ਹੋਵੇ ਨਾ ਹੋਵੇ ਵੱਖਰੀ ਗੱਲ ਹੈ, ਪਰ ਪੂਰੇ ਗੁਰੂ ਕੋਲ ਹਰ ਸਵਾਲ ਦਾ ਜਵਾਬ ਹੈ। ਦੁਨੀਆ ਦਾ ਐਸਾ ਸਵਾਲ ਕੋਈ ਨਹੀਂ ਜਿਹਦਾ ਜਵਾਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਾ ਮਿਲੇ। ਉਹ ਵੱਖਰੀ ਗੱਲ ਹੈ ਕਿ ਸਾਡੇ ਵਰਗੇ ਮੂਰਖ ਲੋਕ ਨਾ ਹੋਣ, ਖੋਜ ਨਾ ਕਰਦੇ ਹੋਣ, ਉਹ ਸਾਡੀ ਗਲਤੀ ਹੋ ਸਕਦੀ ਹੈ, ਪਰ ਹਰ ਸਵਾਲ ਦਾ ਜਵਾਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ ਹੈ। ਪੰਡਿਤ ਨੇ ਸਵਾਲ ਕੀਤਾ ਕਲਗੀਧਰ ਪਾਤਸ਼ਾਹ ਦੇ ਅੱਗੇ ਕਿ ਸੱਚੇ ਪਾਤਸ਼ਾਹ, ਤੁਸੀਂ ਕਹਿੰਦੇ ਹੋ ਕਿ ਜਿਹੜੇ ਲੇਖ ਲਿਖੇ ਹੋਏ ਹੈ ਉਹ ਕੋਈ ਮੇਟ ਨਹੀਂ ਸਕਦਾ, ਤੁਹਾਡੀ ਬਾਣੀ ਦੇ ਬੋਲ ਨੇ ਲੇਖ ਨਾ ਮਿਟਾਈ ਹੇ ਸਕੀ ਜੋ ਲਿਖਿਆ ਕਰਤਾਰ, ਉਹ ਲੇਖ ਮਿਟਣੇ ਨਹੀਂ। ਅਤੇ ਪਾਤਸ਼ਾਹ ਜੀ, ਇਹ ਸੰਗਤ ਆ ਕਰਕੇ ਤੁਹਾਡੇ ਚਰਨਾਂ 'ਤੇ ਮੱਥਾ ਟੇਕਦੀ ਹੈ, ਜੇ ਤਾਂ ਤੁਸੀਂ ਲੇਖ ਮੇਟ ਦਿੰਦੇ ਹੋ ਤਾਂ ਫਿਰ ਆਪਣੀ ਬਾਣੀ ਦੇ ਉਲਟ ਹੋ, ਅਤੇ ਜੇ ਤੁਸੀਂ ਲੇਖ ਨਹੀਂ ਮੇਟਦੇ ਤਾਂ ਫਿਰ ਤੁਹਾਨੂੰ ਮੱਥਾ ਟੇਕਣ ਦਾ ਲਾਭ ਕੀ। ਤਰਕ ਬੜੀ ਵੱਡੀ ਸੀ ਇਹਦੇ ਵਿੱਚ ਵੀ ਜੇ ਤਾਂ ਤੁਹਾਡੇ ਚਰਨਾਂ 'ਤੇ ਮੱਥਾ ਟੇਕਿਆਂ ਲੇਖ ਮਿਟ ਜਾਂਦੇ ਨੇ ਫਿਰ ਤੁਹਾਡੀ ਬਾਣੀ ਜਿਹੜੀ ਕਹਿੰਦੀ ਲੇਖ ਮਿਟਣੇ ਨਹੀਂ ਤਾਂ ਤੁਸੀਂ ਬਾਣੀ ਦੇ ਉਲਟ ਹੋ, ਅਤੇ ਜੇ ਤੁਹਾਡੇ ਲੇਖ ਨਹੀਂ ਮਿਟਦੇ ਤੁਹਾਡੇ ਚਰਨਾਂ 'ਤੇ ਮੱਥਾ ਟੇਕਿਆ ਤਾਂ ਫਿਰ ਤੁਹਾਨੂੰ ਮੱਥਾ ਟੇਕਣ ਦਾ ਲਾਭ ਕੀ ਹੈ। ਉਸ ਵੇਲੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵਾਚਿਆ ਕਿ ਇਹ ਕਿੱਥੋਂ ਬੋਲ ਰਿਹਾ ਹੈ। ਸਤਿਗੁਰਾਂ ਦੇ ਕੋਲ ਖੜ੍ਹਾ ਸੀ ਇੱਕ ਭਾਈ ਆਲਮ ਸਿੰਘ, ਜਿਹਨੂੰ ਭਾਈ ਆਲਮ ਸਿੰਘ ਨੱਚਣਾ ਕਰਕੇ ਵੀ ਇਤਿਹਾਸ ਵਿੱਚ ਕਿਹਾ ਜਾਂਦਾ ਹੈ। ਸਤਿਗੁਰਾਂ ਦਾ ਹੁਕਮ ਮੰਨ ਕਰਕੇ ਭਾਈ ਆਲਮ ਸਿੰਘ ਮੋਹਰ ਲੈ ਕਰਕੇ ਆਇਆ ਹੈ ਅਤੇ ਸਿਆਹੀ ਲੈ ਕਰਕੇ ਆਇਆ ਹੈ, ਕਾਗਜ਼ ਲੈ ਕਰਕੇ ਆਇਆ ਹੈ। ਸਤਿਗੁਰਾਂ ਨੇ ਉਹ ਮੋਹਰ ਪੰਡਿਤ ਨੂੰ ਦਿਖਾਈ ਹੈ ਅਤੇ ਪੰਡਿਤ ਜੀ ਪੜ੍ਹੋ। ਪੰਡਿਤ ਕਹਿਣ ਲੱਗਾ ਮਹਾਰਾਜ ਇਹਦੇ ਤਾਂ ਅੱਖਰ ਪੁੱਠੇ ਨੇ, ਮੈਂ ਕਿਵੇਂ ਪੜ੍ਹ ਸਕਦਾ। ਸਤਿਗੁਰੂ ਪਾਤਸ਼ਾਹ ਜੀ ਨੇ ਸਿਆਹੀ ਨਾਲ ਲਬੇੜ ਕਰਕੇ ਉਹ ਮੋਹਰ ਕਾਗਜ਼ 'ਤੇ ਲਾਈ ਅਤੇ ਮਹਾਰਾਜ ਕਹਿਣ ਲੱਗੇ ਹੁਣ ਪੜ੍ਹ, ਅਤੇ ਝੱਟ ਹੀ ਉਸਨੇ ਮੋਹਰ ਦੇ ਅੱਖਰ ਪੜ੍ਹ ਦਿੱਤੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਹਿਲਾਂ ਤੂੰ ਕਿਉਂ ਨਹੀਂ ਪੜ੍ਹ ਸਕਿਆ। ਕਹਿਣ ਲੱਗਾ ਮਹਾਰਾਜ ਇਹਦੇ ਅੱਖਰ ਪੁੱਠੇ ਸਨ। ਅਤੇ ਮਹਾਰਾਜ ਕਹਿੰਦੇ ਹੁਣ ਕਿਵੇਂ ਪੜ੍ਹ ਲਿਆ। ਕਹਿਣ ਲੱਗਾ ਹੁਣ ਇਹਦੇ ਅੱਖਰ ਸਿੱਧੇ ਨੇ। ਅਤੇ ਪਾਤਸ਼ਾਹ ਕਹਿੰਦੇ ਇਹਦੇ ਅੱਖਰ ਸਿੱਧੇ ਕਿਵੇਂ ਹੋਏ, ਜਦੋਂ ਇਹਨੇ ਆਪਣਾ ਸਿਰ ਕਾਗਜ਼ 'ਤੇ ਝੁਕਾ ਦਿੱਤਾ ਹੈ ਉਦੋਂ ਸਿੱਧੇ ਹੋਏ। ਇਸੇ ਤਰ੍ਹਾਂ ਜਿਹਦੇ ਲੇਖ ਪੁੱਠੇ ਲਿਖੇ ਹੁੰਦੇ ਆ ਨਾ, ਜਦੋਂ ਉਹ ਸਿੱਖ ਆ ਕਰਕੇ ਮੇਰੇ ਚਰਨਾਂ 'ਤੇ ਸਿਰ ਰੱਖ ਦਿੰਦਾ ਹੈ ਤਾਂ ਅਸੀਂ ਉਹਦੇ ਲੇਖ ਸਿੱਧੇ ਕਰ ਦਿੰਦੇ ਹਾਂ, ਸਿੱਧੇ ਲੇਖ ਮਿਟਦੇ ਨਹੀਂ, ਪਰ ਗੁਰੂ ਉਹਨਾਂ ਲੇਖਾਂ ਨੂੰ ਸੌਖਾ ਕਰ ਦਿੰਦਾ ਹੈ। ਕਿਵੇਂ ਕਰਦਾ, ਮੈਂ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਡਾਕਟਰ ਭਾਈ ਵੀਰ ਸਿੰਘ ਜੀ ਹੋਏ ਨੇ ਬਹੁਤ ਵੱਡੇ ਵਿਦਵਾਨ,
ਉਹਨਾਂ ਨੇ ਗੁਰੂ ਨਾਨਕ ਚਮਤਕਾਰ ਇੱਕ ਗ੍ਰੰਥ ਲਿਖਿਆ ਹੈ ਜਿਸ ਦੇ ਦੋ ਭਾਗ ਨੇ। ਉਸ ਗ੍ਰੰਥ ਦੇ ਵਿੱਚ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਮੁੱਚਾ ਜੀਵਨ ਲਿਖਿਆ ਹੈ। ਉਹਦੇ ਵਿੱਚ ਉਹਨਾਂ ਨੇ ਇੱਕ ਘਟਨਾ ਦਾ ਜ਼ਿਕਰ ਕੀਤਾ ਹੈ, ਉਹਦਾ ਵਿਸ਼ਾ ਹੈ ਕਿ ਸੰਗਤ ਕਰਨ ਦਾ ਫਲ ਕੀ ਹੈ। ਪਰ ਉਹਦੇ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਗੁਰੂ ਲੇਖ ਕੱਟਦਾ ਕਿਵੇਂ ਹੈ, ਧਿਆਨ ਦੇਣਾ, ਲੇਖਾਂ ਨੂੰ ਸੌਖਾ ਕਿਵੇਂ ਕਰ ਦਿੰਦਾ ਹੈ, ਕਰਮਾਂ ਨੂੰ ਸੌਖਾ ਕਿਵੇਂ ਕਰ ਦਿੰਦਾ ਹੈ। ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇੱਕ ਮੁਹੱਲੇ ਵਿੱਚ, ਇੱਕ ਪਿੰਡ ਦੇ ਵਿੱਚ ਦੋ ਮਨੁੱਖ ਰਹਿੰਦੇ ਸਨ। ਇੱਕ ਸੀ ਗੁਰੂ ਨਾਨਕ ਸਾਹਿਬ ਦਾ ਸਿੱਖ, ਇੱਕ ਸੀ ਮੰਦੇ ਭੈੜੇ ਜੀਵਨ ਵਾਲਾ, ਧਿਆਨ ਦੇਣਾ। ਜਿਹੜਾ ਸਿੱਖ ਹੈ ਉਹ ਰੋਜ਼ਾਨਾ ਗੁਰੂ ਨਾਨਕ ਦੀ ਸ਼ਰਨ ਵਿੱਚ ਜਾਂਦਾ ਹੈ, ਸੰਗਤ ਕਰਦਾ ਹੈ, ਸਿਮਰਨ ਅਭਿਆਸ ਕਰਦਾ, ਬਾਣੀ ਪੜ੍ਹਦਾ ਹੈ। ਪਰ ਜਿਹੜਾ ਦੂਸਰਾ ਮਨੁੱਖ ਹੈ ਉਹ ਗੁਰੂ ਪਿਆਰ ਵਾਲੇ ਰੋਜ਼ ਵੇਸਵਾ ਦੇ ਦੁਆਰੇ 'ਤੇ ਜਾ ਕਰਕੇ ਖੋਟੇ ਕਰਮ ਕਰਕੇ ਆਉਂਦਾ ਹੈ। ਇੱਕ ਦਿਨ ਦੋਨਾਂ ਦਾ ਮਿਲਾਪ ਹੋ ਗਿਆ, ਗੁਰਮੁਖ ਦਾ ਵੀ ਅਤੇ ਮਨਮੁੱਖ ਦਾ ਵੀ। ਦੋਨਾਂ ਦਾ ਜਦੋਂ ਆਪਸੀ ਮਿਲਾਪ ਹੋਇਆ ਅਤੇ ਇੱਕ ਦੂਜੇ ਨੂੰ ਪੁੱਛ ਲਿਆ ਵੀ ਤੂੰ ਕਿੱਥੇ ਜਾਂਦਾ, ਉਹਨੇ ਪੁੱਛਿਆ ਤੂੰ ਕਿੱਥੇ ਜਾਂਦਾ, ਅਤੇ ਗੁਰਸਿੱਖ ਨੇ ਸੱਚ ਸੱਚ ਦੱਸ ਦਿੱਤਾ ਕਿ ਮੈਂ ਤਾਂ ਆਪਣੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਰੋਜ਼ ਜਾਂਦਾ ਅਤੇ ਉਹਨਾਂ ਕੋਲੋਂ ਰਹਿਮਤਾਂ ਲੈ ਕਰਕੇ ਆਉਣਾ ਹਾਂ। ਅਤੇ ਮਨਮੁੱਖ ਬੰਦੇ ਨੇ ਵੀ ਸੱਚ ਬੋਲ ਦਿੱਤਾ, ਉਹ ਕਹਿਣ ਲੱਗਾ ਮੈਂ ਤਾਂ ਭਾਈ ਵੇਸਵਾ ਦੁਆਰੇ ਜਾਂਦਾ, ਮੇਰਾ ਤਾਂ ਕਰਮ ਹੈ, ਮੈਂ ਰੋਜ਼ ਜਾਂਦਾ ਹੈ, ਬਿਨਾਂ ਲਾਂਘੇ ਜਾਂਦਾ ਹੈ। ਕਹਿੰਦੇ ਨੇ ਗੁਰਮੁਖ ਦੇ ਮਨ ਵਿੱਚ ਤਰਸ ਆਇਆ ਕਿ ਇਹਦਾ ਜੀਵਨ ਸਵਾਰਨਾ ਹੈ, ਇਹ ਤਾਂ ਬਹੁਤ ਉਲਟ ਪਾਸੇ ਜਾ ਰਿਹਾ। ਅਤੇ ਗੁਰਮੁਖ ਨੇ ਉਸ ਮਨਮੁੱਖ ਨੂੰ ਆਖਿਆ ਕਿ ਇੱਕ ਤੂੰ ਮੇਰੇ ਨਾਲ ਬਚਨ ਕਰ ਵੀ ਆਪਣਾ ਪਿੰਡ ਇੱਕੋ ਆ, ਆਪਾਂ ਰੋਜ਼ ਜਾਂਦੇ ਹਾਂ, ਤੇਰਾ ਰਸਤਾ ਵੱਖਰਾ ਹੈ ਅਤੇ ਮੇਰਾ ਰਸਤਾ ਵੱਖਰਾ ਹੈ, ਇੱਦਾਂ ਕਰ ਆ ਬਾਹਰ ਵਾਰ ਇਹ ਕਿੱਕਰ ਦਾ ਦਰਖਤ ਹੈ ਅਤੇ ਆਪਾਂ ਦੋਵੇਂ ਜਾਣਾ ਹੈ ਅਤੇ ਜਿਹੜਾ ਪਹਿਲਾਂ ਆ ਜਾਵੇ ਉਹ ਇੱਥੇ ਬੈਠ ਕਰਕੇ ਦੂਜੇ ਨੂੰ ਉਡੀਕੇਗਾ, ਜਿੰਨਾ ਚਿਰ ਦੂਜਾ ਨਹੀਂ ਆ ਜਾਂਦਾ ਉਨਾ ਚਿਰ ਆਪੋ ਆਪਣੇ ਘਰ ਨਹੀਂ ਜਾਣਾ। ਹੁਣ ਉਹ ਦੋਵੇਂ ਚੱਲ ਪਏ, ਮਨਮੁੱਖ ਵੀ ਚੱਲ ਪਿਆ, ਉਹ ਵੇਸਵਾ ਦੁਆਰੇ ਚਲਾ ਗਿਆ, ਗੁਰੂ ਨਾਨਕ ਦਾ ਸਿੱਖ ਗੁਰੂ ਨਾਨਕ ਦੇ ਚਰਨਾਂ ਵਿੱਚ ਚਲਾ ਗਿਆ। ਹੁਣ ਮਨਮੁੱਖ ਜਿਹੜਾ ਵੇਸਵਾ ਦੁਆਰੇ ਗਿਆ ਸੀ, ਵੇਸਵਾ ਦੁਆਰੇ ਜੰਦਰਾ ਵੱਜਾ ਹੋਣ ਕਰਕੇ ਉਹ ਛੇਤੀ ਵਾਪਸ ਆ ਗਿਆ, ਉਹ ਖੋਟਾ ਕਰਮ ਨਾ ਕਰ ਸਕਿਆ ਕਿਉਂਕਿ ਇੱਕ ਦਿਨ ਸੰਗਤ ਕੀਤੀ ਰੱਬ ਦੇ ਪਿਆਰੇ ਦੀ, ਇੱਕੇ ਦਿਨ 'ਚ ਖੇਡ ਵਰਤ ਗਈ, ਖੋਟਾ ਕਰਮ ਕਰਨ ਦਾ ਸਮਾਂ ਨਾ ਮਿਲਿਆ, ਜਿੰਦਰਾ ਵੱਜਾ ਹੋਣ ਕਰਕੇ ਛੇਤੀ ਵਾਪਸ ਆ ਗਿਆ ਪਿੰਡ ਨੂੰ ਆਇਆ। ਜਦੋਂ ਕਿੱਕਰ ਦਾ ਦਰਖਤ ਵੇਖਿਆ ਉਹਨੂੰ ਵਚਨ ਚੇਤੇ ਆ ਗਿਆ ਕਿ ਮੈਂ ਤਾਂ ਉਹਦੇ ਨਾਲ ਵਚਨ ਕੀਤਾ ਸੀ ਕਿ ਜਿਹੜਾ ਪਹਿਲਾਂ ਆਵੇਗਾ ਉਹ ਦੂਜੇ ਨੂੰ ਉਡੀਕੇਗਾ। ਉਹ ਕਿੱਕਰ ਦੇ ਥੱਲੇ ਬੈਠ ਗਿਆ ਅਤੇ ਬੰਦੇ ਦਾ ਸੁਭਾਅ ਹੁੰਦਾ ਜਦੋਂ ਬੰਦਾ ਇਕੱਲਾ ਬੈਠਾ ਹੋਵੇ ਅਤੇ ਹੱਥ ਨਾਲ ਧਰਤੀ ਖੁਰਚਣ ਲੱਗ ਪੈਂਦਾ, ਉਹ ਬੈਠਾ ਬੈਠਾ ਧਰਤੀ ਖੁਰਚਣ ਲੱਗ ਪਿਆ। ਧਰਤੀ ਖੁਰਚਦਿਆਂ ਥੱਲਿਓਂ ਇੱਕ ਸੋਨੇ ਦੀ ਮੋਹਰ ਲੱਭੀ ਅਤੇ ਬੰਦੇ ਦਾ ਸੁਭਾਅ ਇਹ ਵੀ ਹੈ ਕਿ ਜਦੋਂ ਇੱਕ ਲੱਭ ਜਾਵੇ ਉਹ ਸੋਚਦਾ ਪਤਾ ਨਹੀਂ ਹੋਰ ਕਿੰਨੀਆਂ ਕੁ ਹੋਣਗੀਆਂ, ਵੇਖੀਏ ਤਾਂ ਸਹੀ ਪੁੱਟ ਕਰਕੇ ਲਾਲਚ ਵੱਧ ਜਾਂਦਾ। ਉਹਨੇ ਛੇਤੀ ਦੇ ਨਾਲ ਹੋਰ ਧਰਤੀ ਪੁੱਟਣੀ ਆਰੰਭ ਕਰ ਦਿੱਤੀ। ਜਦੋਂ ਪੁੱਟੀ ਧਰਤੀ 'ਤੇ ਥੱਲਿਓਂ ਇੱਕ ਕੁੱਜਾ ਨਿਕਲਿਆ, ਬੜਾ ਖੁਸ਼ ਹੋਇਆ ਵੀ ਕਹਿਣ ਲੱਗਾ ਵੀ ਇਹ ਸੋਨੇ ਦੀਆਂ ਮੋਹਰਾਂ ਦਾ ਭਰਿਆ ਹੋਣਾ। ਪਰ ਜਦੋਂ ਕੁੱਜੇ ਦਾ ਮੂੰਹ ਖੋਲ੍ਹਿਆ ਅਤੇ ਉਹਦੇ ਵਿੱਚ ਕੋਲੇ ਨੇ, ਅਤੇ ਵੇਖ ਕਰਕੇ ਹੈਰਾਨ ਵੀ ਬੜਾ ਹੋਇਆ, ਦੁਖੀ ਵੀ ਬੜਾ ਹੋਇਆ ਕਿ ਇਹ ਕੀ ਕਾਰਨ ਹੈ। ਉੱਥੇ ਬੈਠਾ ਹੋਇਆ ਉਡੀਕਦਾ ਪਿਆ, ਦੂਸਰੇ ਪਾਸੇ ਗੁਰਸਿੱਖ ਤੁਰਿਆ ਆ ਰਿਹਾ ਅਤੇ ਪਰ ਲੰਗੜਾਉਂਦਾ ਆ ਰਿਹਾ, ਲੰਗੜਾਉਂਦਾ ਇੱਕ ਚਰਨ ਤੋਂ ਲੰਗੜਾਉਂਦਾ ਆ ਰਿਹਾ। ਜਦੋਂ ਕੋਲ ਪਹੁੰਚਿਆ ਅਤੇ ਦੋਵੇਂ ਮਿਲੇ ਹਨ ਅਤੇ ਗੁਰਮੁਖੋ ਉਸ ਵੇਲੇ ਮਨਮੁੱਖ ਨੇ ਪੁੱਛਿਆ ਵੀ ਕੀ ਕਾਰਨ ਹੈ, ਜਦੋਂ ਤੂੰ ਸਵੇਰੇ ਮੇਰੇ ਨਾਲ ਹੀ ਗਿਆ ਸੀ ਉਦੋਂ ਤੇਰਾ ਪੈਰ ਠੀਕ ਸੀ, ਹੋਰ ਤੂੰ ਲੰਗੜਾਉਂਦਾ ਆ ਰਿਹਾ। ਸਿੱਖ ਕਹਿਣ ਲੱਗਾ ਕਿ ਜਦੋਂ ਮੈਂ ਗੁਰੂ ਨਾਨਕ ਦੀ ਸੰਗਤ ਵਿੱਚੋਂ ਉੱਠ ਕਰਕੇ ਗੁਰੂ ਸਾਹਿਬ ਤੋਂ ਆਗਿਆ ਲੈ ਕਰਕੇ ਵਾਪਸ ਆਇਆ
ਅਤੇ ਆਉਂਦਿਆਂ ਹੋਇਆਂ ਮੇਰੇ ਪੈਰ ਵਿੱਚ ਕੰਡਾ ਵੱਜ ਗਿਆ ਅਤੇ ਉਹ ਕੰਡੇ ਦੀ ਦਰਦ ਹੋ ਰਹੀ ਹੈ, ਇਸ ਕਰਕੇ ਮੈਂ ਲੰਗੜਾਉਂਦਾ ਆ ਰਿਹਾ। ਉਹ ਮਨਮੁੱਖ ਕਹਿਣ ਲੱਗਾ, ਫਿਰ ਤੈਨੂੰ ਕੀ ਫਾਇਦਾ ਹੋਇਆ ਚੰਗਾ ਕਰਮ ਕਰਨ ਦਾ, ਸੰਗਤ ਕਰਨ ਦਾ ਕੀ ਲਾਭ ਹੋਇਆ? ਵੇਖ, ਤੂੰ ਚੰਗੀ ਸੰਗਤ ਕਰਨ ਜਾਂਦਾ ਹੈ ਅਤੇ ਤੇਰੇ ਪੈਰ ਵਿੱਚ ਕੰਡਾ ਵੱਜਾ ਹੈ, ਤੂੰ ਦੁਖੀ ਹੋਇਆ ਹੈ, ਮੈਂ ਮਾੜੇ ਪਾਸੇ ਜਾਂਦਾ। ਵੇਖ, ਮੈਨੂੰ ਪ੍ਰਾਪਤੀ, ਮੈਨੂੰ ਸੋਨੇ ਦੀ ਮੋਹਰ ਲੱਭੀ ਹੈ, ਪਰ ਇੱਕ ਦੂਜਾ ਮੈਨੂੰ ਦੁੱਖ ਹੈ ਕਿ ਮੈਨੂੰ ਇੱਕ ਕੁੱਜਾ ਲੱਭਾ, ਪਰ ਉਹ ਸੋਨੇ ਦੀਆਂ ਮੋਹਰਾਂ ਦਾ ਨਹੀਂ, ਉਹ ਕੋਲਿਆਂ ਦਾ ਭਰਿਆ ਹੋਇਆ ਹੈ, ਇਹਦਾ ਕਾਰਨ ਮੈਨੂੰ ਪਤਾ ਨਹੀਂ। ਅਤੇ ਸਿੱਖ ਕਹਿਣ ਲੱਗਾ, ਇਹਦਾ ਕਾਰਨ ਤੈਨੂੰ ਦੱਸ ਦਿੰਦੇ ਹਾਂ, ਚੱਲ ਆਪਾਂ ਗੁਰੂ ਨਾਨਕ ਦੇ ਕੋਲ ਚੱਲਦੇ ਹਾਂ ਅਤੇ ਸਤਿਗੁਰੂ ਨਾਨਕ ਸਾਹਿਬ ਦੱਸਣਗੇ। ਸਿੱਖ ਨਾਲ ਲੈ ਕਰਕੇ ਉਸ ਮਨਮੁੱਖ ਨੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਪਹੁੰਚਿਆ ਅਤੇ ਆਪਣੀ ਆਪਣੀ ਘਟਨਾ ਗੁਰੂ ਨਾਨਕ ਸਾਹਿਬ ਜੀ ਨੂੰ ਦੱਸੀ। ਸਤਿਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ, ਮਨਮੁੱਖ ਬੰਦੇ ਨੂੰ ਜਿਹੜਾ ਮਾੜੇ ਕਰਮ ਕਰਦਾ ਸੀ, ਕਹਿਣ ਲੱਗੇ ਇਹ ਕੁੱਜਾ ਕੋਲਿਆਂ ਦਾ ਪਤਾ ਕਿਉਂ ਬਣਿਆ? ਤੂੰ ਮਾੜੇ ਕਰਮ ਕਰਦਾ ਹੈ ਅਤੇ ਮਾੜੇ ਕਰਮ ਕਰਕੇ ਇਹ ਮਿਲਣੀਆਂ ਅਤੇ ਤੈਨੂੰ ਸਾਰੀਆਂ ਸੋਨੇ ਦੀਆਂ ਮੋਹਰਾਂ ਸੀ, ਪਰ ਤੇਰੇ ਮਾੜੇ ਕਰਮ ਕਰਕੇ ਇਹ ਸੋਨੇ ਦੀਆਂ ਮੋਹਰਾਂ ਸਰ ਕਰਕੇ ਕੋਲਾ ਹੋ ਗਈਆਂ। ਪਰ ਤੂੰ ਸਿਰਫ ਇੱਕ ਘੜੀ ਗੁਰਮੁਖ ਦੀ ਸੰਗਤ ਕੀਤੀ ਸੀ, ਇੱਕ ਘੜੀ ਦਾ ਫਲ ਤੈਨੂੰ ਇੱਕ ਸੋਨੇ ਦੀ ਮੋਹਰ ਪ੍ਰਾਪਤ ਹੋਇਆ, ਬਾਕੀ ਤੂੰ ਕੋਈ ਚੰਗਾ ਕਰਮ ਨਹੀਂ ਸੀ ਕੀਤਾ, ਬਾਕੀ ਤੇਰੇ ਸਾਰੇ ਕਰਮ ਸੜ ਕੇ ਕੋਲਾ ਹੋ ਗਏ ਨੇ। ਹੱਥ ਜੋੜੇ ਕਹਿਣ ਲੱਗਾ, ਪਾਤਸ਼ਾਹ ਇਹ ਗੱਲ ਤਾਂ ਸਮਝ ਆ ਗਈ ਕਿ ਚਲੋ ਮੈਂ ਮਾੜੇ ਕਰਮ ਕੀਤੇ ਅਤੇ ਕੋਲੇ ਹੋ ਗਏ ਮੇਰੇ ਕਰਮ, ਪਰ ਆਹ ਤਾਂ ਤੁਹਾਡਾ ਗੁਰਸਿੱਖ ਸੀ ਨਾ, ਇਹ ਤਾਂ ਤੁਹਾਡੀ ਰੋਜ਼ ਸੰਗਤ ਕਰਦਾ, ਇਹ ਤਾਂ ਰੋਜ਼ ਬਾਣੀ ਪੜ੍ਹਦਾ, ਸਿਮਰਨ ਕਰਦਾ ਹੈ, ਇਹਨੂੰ ਦੁੱਖ ਕਿਉਂ ਮਿਲਿਆ? ਕਈ ਵਾਰ ਅਸੀਂ ਵੀ ਸੋਚ ਲੈਂਦੇ ਹਾਂ ਕਿ ਫਲਾਨਾ ਬੰਦਾ ਜਦੋਂ ਮਰਿਆ ਹੈ ਉਹਨੂੰ ਤਾਂ ਇੱਕ ਮਿੰਟ ਨਹੀਂ ਲੱਗਾ, ਬੜੀ ਸੌਖੀ ਮੌਤ ਆ ਗਈ, ਪਰ ਫਲਾਨਾ ਬੰਦਾ ਬੜੀ ਬਾਣੀ ਪੜ੍ਹਦਾ ਸੀ, ਉਹ ਤਾਂ ਮੰਜੇ 'ਤੇ ਪੈ ਕੇ ਕਈ ਮਹੀਨੇ ਕਈ ਸਾਲ ਮੰਜੇ 'ਤੇ ਪਿਆ ਰਿਹਾ ਹੈ, ਉਹਨੂੰ ਤਾਂ ਬੜੀ ਔਖੀ ਮੌਤ ਆਈ ਹੈ, ਕੀ ਫਾਇਦਾ ਹੋਇਆ ਬਾਣੀ ਪੜ੍ਹਨ ਦਾ? ਕਈ ਵਾਰ ਸਾਡੇ ਮਨ 'ਚ ਵੀ ਇਹ ਖਿਆਲ ਆ ਜਾਂਦਾ, ਮਹਾਰਾਜ ਚਲੋ ਮੈਂ ਤਾਂ ਮਾੜੇ ਕਰਮ ਕੀਤੇ, ਮੇਰੇ ਕਰਮ ਕੋਲੇ ਹੋ ਗਏ, ਪਰ ਇਹ ਤਾਂ ਤੁਹਾਡਾ ਸਿੱਖ ਸੀ, ਇਹ ਤਾਂ ਰੋਜ਼ ਚੰਗੇ ਕਰਮ ਕਰਦਾ ਸੀ, ਇਹਨੂੰ ਦੁੱਖ ਕਿਉਂ ਮਿਲਿਆ? ਮਹਾਰਾਜ ਕਹਿੰਦੇ ਕੀ ਦੁੱਖ ਮਿਲਿਆ ਹੈ? ਕਹਿਣ ਲੱਗਾ, ਮਹਾਰਾਜ ਇਹਦੇ ਪੈਰ ਵਿੱਚ ਕੰਡਾ ਵੱਜਾ ਅਤੇ ਲੰਗੜਾਉਂਦਾ ਆ ਰਿਹਾ ਸੀ। ਮਹਾਰਾਜ ਕਹਿੰਦੇ ਇਹਦਾ ਪਿਛਲਾ ਕਰਮ ਪਤਾ ਕੀ ਸੀ? ਜੇ ਸਾਡੀ ਸ਼ਰਨ ਵਿੱਚ ਨਾ ਆਉਂਦਾ ਹੁੰਦਾ ਤੇ ਇਹਨੇ ਸੂਲੀ 'ਤੇ ਚੜ੍ਹਨਾ ਸੀ, ਪਰ ਇਹ ਸੰਗਤ ਕਰਦਾ ਕਰਕੇ ਉਹ ਸੂਲੀ ਵਾਲਾ ਦੁੱਖ ਜਿਹੜਾ ਅਸੀਂ ਇੱਕ ਸੂਲ ਵਿੱਚ ਕੱਟ ਕੇ ਰੱਖ ਦਿੱਤਾ ਹੈ। ਗੱਜ ਕਰਕੇ ਆਖੋ ਸਤਨਾਮ। ਇਹ ਗੁਰੂ ਕਰਮ ਇਉਂ ਕੱਟਦਾ ਹੈ, ਧਿਆਨ ਦੇਣਾ, ਸੂਲੀ ਨੂੰ ਸੂਲ ਬਣਾ ਕਰਕੇ ਕੱਟ ਦਿੱਤਾ ਹੈ। ਚੜ੍ਹਨਾ ਸੂਲੀ 'ਤੇ ਸੀ, ਪਰ ਗੁਰੂ ਨਾਨਕ ਦੀ ਸੰਗਤ ਕੀਤੀ, ਇੱਕ ਸੂਲ ਵੱਜ ਗਈ ਪੈਰ ਵਿੱਚ ਅਤੇ ਸੂਲੀ ਦਾ ਦੁੱਖ ਕੱਟਿਆ ਗਿਆ। ਇਹ ਗੁਰੂ ਕੋਲ ਸਮਰੱਥਾ ਹੈ, ਗੁਰੂ ਕਰਮ ਜਿਹੜਾ ਹੈ ਇਉਂ ਕੱਟ ਦਿੰਦਾ ਹੈ। ਕਿਉਂਕਿ ਗੁਰਮੁਖੋ, ਇੱਕ ਗੱਲ ਮੈਂ ਤੁਹਾਡੇ ਸਨਮੁੱਖ ਰੱਖ ਦੇਵਾਂ, ਹਰ ਧਰਮ ਇਹ ਗੱਲ ਮੰਨਦਾ ਹੈ ਕਿ ਕਰਮ ਜਿਹੜੇ ਉਹ ਮਿਟਦੇ ਨਹੀਂ, ਆਪਾਂ ਵੀ ਮੰਨਦੇ ਹਾਂ ਕਰਮ ਮਿਟਦੇ ਨਹੀਂ। ਪਰ ਗੁਰਮੁਖੋ, ਇੱਕ ਗੱਲ ਤਾਂ ਮੰਨਣੀ ਪਵੇਗੀ ਕਿ ਜਿਵੇਂ ਆਪਾਂ ਦੁਨਿਆਵੀ ਤੌਰ 'ਤੇ ਕੁਝ ਕਾਗਜ਼ਾਤ ਬਣਾਉਣੇ ਆ, ਸਰਕਾਰੀ ਕਾਗਜ਼ ਜਿਵੇਂ ਡਰਾਈਵਿੰਗ ਲਾਇਸੈਂਸ ਹੈ ਜਾਂ ਹੋਰ ਕਈ ਕਾਗਜ਼ ਨੇ, ਆਧਾਰ ਕਾਰਡ ਹੈ, ਕਿੰਨੇ ਕਾਗਜ਼ ਸਾਡੇ ਸਰਕਾਰ ਦੀ ਮੋਹਰ ਨਾਲ ਚੱਲਦੇ ਆ, ਪਰ ਜੇ ਉਹਨਾਂ ਨੂੰ ਬਦਲਣਾ ਹੋਵੇ ਤਾਂ ਸਰਕਾਰ ਬਦਲ ਸਕਦੀ ਹੈ, ਉਹਦੇ ਕੋਲ ਪਾਵਰ ਹੁੰਦੀ ਹੈ, ਸਰਕਾਰ ਦੇ ਕੋਲ ਆਪਣੇ ਕਾਗਜ਼ਾਂ ਨੂੰ ਉਹ ਬਦਲ ਸਕਦੀ, ਜਦੋਂ ਚਾਹੇ ਉਦੋਂ ਬਦਲ ਸਕਦੀ ਹੈ। ਇਸੇ ਤਰ੍ਹਾਂ ਜਿਹੜੇ ਸਾਡੇ ਕਰਮ ਨੇ ਉਹਨਾਂ ਨੂੰ ਗੁਰੂ ਬਦਲ ਸਕਦਾ, ਕਿਉਂਕਿ ਗੁਰੂ ਨੇ ਲਿਖੇ ਹੈ, ਉਹ ਸਰਕਾਰ ਹੈ, ਅਤੇ ਜਿਹਨੇ ਮੋਹਰ ਲਾਈ ਆ ਨਾ, ਜਦੋਂ ਉਹਦੇ ਅੱਗੇ ਜਾ ਕੇ ਤਰਲਾ ਲਵਾਂਗੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਤਾਂ ਉਹ ਜ਼ਰੂਰ ਕਰਮ ਬਦਲੇਗਾ। ਇੱਕ ਛੋਟੀ ਜਿਹੀ ਘਟਨਾ ਤੁਹਾਨੂੰ ਹੋਰ ਸੁਣਾ ਦੇਵਾਂ, ਸੁਣਾਉਣਾ ਤੁਹਾਨੂੰ ਹੋਰ ਸੀ, ਪਰ ਵਿਸ਼ਾ ਇਹ ਚੱਲ ਪਿਆ ਅਤੇ ਤੁਹਾਨੂੰ ਚਲੋ ਜਿਹੜਾ ਮਾਲਕ ਨੇ ਕਹਿ ਦਿੱਤਾ ਉਹੀ ਸੁਣਾਉਣਾ, ਆਪਣੀ ਮਰਜ਼ੀ ਨਹੀਂ ਚੱਲਦੀ ਹੁੰਦੀ। ਮੈਨੂੰ ਯਾਦ ਹੈ ਮੈਂ 2006 ਵਿੱਚ ਮੋਗੇ ਸ਼ਹਿਰ ਵਿੱਚ ਸੇਵਾ ਨਿਭਾਉਂਦਾ ਸੀ,
ਅਤੇ ਗੁਰਮੁਖੋ ਇੱਕ ਸਾਖੀ ਮੈਂ ਰੋਜ਼ ਪੜ੍ਹ ਕੇ ਜਾਇਆ ਕਰਨੀ ਕਿ ਕੱਲ੍ਹ ਨੂੰ ਸੰਗਤ ਨੂੰ ਸੁਣਾਉਣੀ ਹੈ ਅਤੇ ਮੈਨੂੰ ਸਟੇਜ 'ਤੇ ਜਾ ਕੇ ਚੇਤਾ ਭੁੱਲ ਜਾ ਕਰਨਾ। ਇਹ ਮੇਰੇ ਨਾਲ ਵਾਪਰੀ ਹੋਈ ਘਟਨਾ ਹੈ। ਤਕਰੀਬਨ ਮੈਂ ਹਫ਼ਤਾ ਰੋਜ਼ ਪੜ੍ਹ ਕੇ ਜਾਂਦਾ ਰਿਹਾ, ਰੋਜ਼ ਚੰਗੀ ਤਰ੍ਹਾਂ 5-6 ਵਾਰਾਂ ਪੜ੍ਹ ਕੇ ਜਾਣੀ। ਜਦੋਂ ਉੱਥੇ ਜਾਣਾ ਉੱਥੇ ਚੇਤਾ ਹੀ ਨਾ ਆਉਣਾ, ਪਤਾ ਨਹੀਂ ਮਨ ਵਿੱਚ ਹੰਕਾਰ ਆ ਗਿਆ ਕਿ ਮੈਂ ਸੁਣਾਉਣੀ ਹੈ, ਇਹ ਤਾਂ ਮਾਲਕ ਜਾਣਦਾ, ਪਰ ਮੈਨੂੰ ਚੇਤੇ ਹੀ ਨਾ ਆਈ। ਆਖਿਰਕਾਰ ਮੈਂ ਆਖਿਆ ਵੀ ਹੁਣ ਸੁਣਾਉਣੀ ਨਹੀਂ, ਅਤੇ ਜਦੋਂ ਮੈਂ ਇਉਂ ਕਹਿਤਾ ਵੀ ਸੁਣਾਉਣੀ ਨਹੀਂ, ਅਗਲੇ ਦਿਨ ਚੇਤੇ ਆ ਗਈ। ਜੇ ਤੂੰ ਨਹੀਂ ਸੁਣਾਉਣੀ ਮੈਂ ਸੁਣਾਵਾਂਗਾ, ਮਹਾਰਾਜ ਨੇ ਆਖਿਆ। ਵੇਖੋ ਖੇਡ ਜਦੋਂ ਸਾਡੀ ਆਪਣੀ ਵਰਤਦੀ ਨਾ, ਅਸੀਂ ਮੈਂ ਲੈ ਆਉਂਦੇ ਹਾਂ ਕਿ ਮੈਂ ਸੁਣਾ ਰਿਹਾ, ਉਦੋਂ ਖੇਡ ਕੁਝ ਨਹੀਂ ਬਣਦੀ। ਜੋ ਮਾਲਕ ਨੇ ਕਰਨਾ ਹੈ ਉਹੀ ਬਣਦਾ ਹੈ। ਕਿਸ ਤਰ੍ਹਾਂ ਕਰਮ ਗੁਰੂ ਬਦਲ ਸਕਦਾ ਹੈ, ਗੁਰੂ ਕੋਲ ਕਿਵੇਂ ਪਾਵਰ ਹੈ। ਵੈਸੇ ਸਾਖੀ ਤਾਂ ਤੁਸੀਂ ਸੁਣੀ ਹੋਈ ਹੈ, ਮੈਂ 1-2 ਮਿੰਟ ਵਿੱਚ ਹੀ ਉਹ ਸਾਖੀ ਤੁਹਾਡੇ ਸਨਮੁੱਖ ਰੱਖ ਦੇਣੀ ਹੈ। ਇਤਿਹਾਸ ਵਿੱਚ ਬਚਨ ਆਉਂਦੇ ਹਨ ਨਾ ਕਿ ਨਾਮ ਸੁਲੱਖਣੀ ਵਸਦੀ ਹਾਂ ਚੱਬੇ, ਅਫਲ ਜਾਂਦੀ ਨੂੰ ਇੱਕ ਫਲ ਲੱਗੇ। ਇਹ ਬਚਨ ਇਤਿਹਾਸ ਵਿੱਚ ਆਉਂਦੇ ਨੇ। ਅਰਜ ਕਰਿੰਦੀ ਹਾਂ ਸਤਿਗੁਰ ਅੱਗੇ, ਇਹ ਆਪਾਂ ਇਤਿਹਾਸ ਪੜ੍ਹਿਆ ਅਤੇ ਸੁਣਿਆ। ਕੇਵਲ ਮੈਂ 2 ਮਿੰਟ ਦੀ ਵਿਚਾਰ ਰੱਖਣੀ ਤੁਹਾਡੇ ਸਾਹਮਣੇ, ਧਿਆਨ ਦਿਓ। ਗੁਰੂ ਪਿਆਰ ਵਾਲਿਓ, ਮਾਤਾ ਸੁਲੱਖਣੀ ਜਿਹਨੂੰ ਬੀਬੀ ਸੁਲੱਖਣੀ ਕਹਿੰਦੇ ਆਪਾਂ, ਬੀਬੀ ਸੁਲੱਖਣੀ ਜਿਹਦੇ ਘਰ ਪੁੱਤਰ ਨਹੀਂ ਪ੍ਰਾਪਤ ਹੋਇਆ, ਔਲਾਦ ਨਹੀਂ, ਅਤੇ ਬੀਬੀ ਸੁਲੱਖਣੀ ਨੇ ਗੁਰੂ ਪਿਆਰ ਵਾਲਿਓ ਕੋਈ ਪੀਰ ਫਕੀਰ ਨਹੀਂ ਛੱਡਿਆ, ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਨਾ ਗਈ ਹੋਵੇ। ਇਹ ਸਾਡੇ ਨਾਲ ਵੀ ਹਾਲਾਤ ਵਾਪਰਦੇ। ਜਦੋਂ ਮੈਂ ਆ ਰਿਹਾ ਸੀ ਨਾ, ਇੱਕ ਗੁਰਮੁਖ ਕੋਈ ਕਵਿਤਾ ਪੜ੍ਹ ਰਿਹਾ ਸੀ, ਮੇਰੇ ਕੰਨੀ ਪਈ ਕਿ ਪਖੰਡੀ ਕਿਵੇਂ ਸੰਸਾਰ ਨੂੰ ਲੁੱਟਦੇ ਪਏ ਨੇ। ਉਸ ਕਵਿਤਾ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ। ਪਰ ਸੁਚੇਤ ਹੋਣ ਦੀ ਲੋੜ ਜੇ, ਮੈਂ ਇੱਕ ਗੱਲ ਕਹਿ ਦੇਵਾਂ, ਸੁਚੇਤ ਹੋਣ ਦੀ ਲੋੜ ਜੇ, ਕਈ ਵਾਰ ਐਸੇ ਲੋਕ ਸਾਡੇ ਵਿੱਚ ਵੜ ਕਰਕੇ, ਸਾਡਾ ਬਾਣਾ ਪਾ ਕਰਕੇ ਹੀ ਸਾਨੂੰ ਲੁੱਟ ਕੇ ਲੈ ਜਾਂਦੇ ਆ। ਸੋਚਣ ਦੀ ਲੋੜ ਜੇ, ਕਿਉਂਕਿ ਪਖੰਡ ਕਰਨ ਵਾਸਤੇ ਸਰੂਪ ਚਾਹੀਦਾ ਹੈ, ਭੇਖ ਚਾਹੀਦਾ ਹੈ। ਕਲਗੀਧਰ ਪਾਤਸ਼ਾਹ ਨੇ ਲਿਖਿਆ, ਭੇਖ ਦਿਖਾਏ ਲੋਗਣ ਕੋ, ਭੇਖ ਦਿਖਾਏ ਜਗਤ ਕੋ, ਲੋਗਣ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕਮੋ ਲੀਨ। ਸ੍ਰੀ ਦਸਮ ਗ੍ਰੰਥ ਸਾਹਿਬ ਦੇ ਬੋਲ ਨੇ। ਹੁਣ ਇੱਥੇ ਜ਼ਿਕਰ ਤਾਂ ਕਰ ਦਿੱਤਾ ਨਾ ਕਲਗੀਧਰ ਪਾਤਸ਼ਾਹ ਨੇ ਕਿ ਭੇਖ ਵਿੱਚ ਸ਼ਕਤੀ ਹੈ ਲੋਕਾਂ ਨੂੰ ਵਸ ਕਰਨ ਦੀ। ਇੱਥੋਂ ਸਿੱਧ ਤਾਂ ਹੋ ਗਿਆ ਨਾ ਵੀ ਭੇਖ ਦਿਖਾ ਕਰਕੇ ਲੋਕਾਂ ਨੂੰ ਮਗਰ ਲਾਇਆ। ਪਰ ਗੁਰਮੁਖੋ, ਇੱਕ ਹੁੰਦਾ ਭੇਖ, ਇੱਕ ਹੁੰਦਾ ਬਾਣਾ। ਇਹਨਾਂ 2 ਚੀਜ਼ਾਂ ਨੂੰ ਸਮਝਣ ਦਾ ਯਤਨ ਕਰਿਓ। ਅੱਜ ਸਾਡੇ ਵਿਦਵਾਨ ਬਾਣੇ ਅਤੇ ਭੇਖ ਨੂੰ ਇੱਕੋ ਕਰ ਰਹੇ ਨੇ। ਇਸ ਨੂੰ ਸਮਝ ਲਿਓ, ਬਾਣੇ 'ਤੇ ਕਿੰਤੂ ਕੀਤਾ ਜਾ ਰਿਹਾ, ਬਾਣਾ ਹੋਰ ਚੀਜ਼ ਹੈ, ਭੇਖ ਹੋਰ ਚੀਜ਼ ਹੈ। ਬਾਣਾ ਅਤੇ ਬਾਣੀ ਇਹ ਗੁਰੂ ਕੇ ਸਿੱਖ ਦੇ ਵਾਸਤੇ ਬੜਾ ਜ਼ਰੂਰੀ। ਬਾਣੀ ਬਾਣਾ ਪੰਖ ਪਛਾਣੋ ਸਿੱਖ ਰੂਪ ਕੋ ਪੰਛੀ ਜਾਣੋ, ਬਾਣਾ ਹੋਰ ਚੀਜ਼ ਹੈ ਅਤੇ ਭੇਖ ਹੋਰ ਚੀਜ਼ ਹੈ। ਗਿਆਨੀ ਗੁਰਜੰਟ ਸਿੰਘ ਜੀ, ਬੈਂਕਾ ਕਮਿਸ਼ਨਰ ਸਾਹਿਬਾਨ, ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨਾ, ਕਿਉਂਕਿ ਸਮਾਂ ਠੀਕ ਸੀ, ਸਾਰਾ ਲਿਖਿਆ ਸੀ, ਪਰ ਮੀਂਹ ਦੇ ਕਾਰਨ ਅੱਗੇ ਪਿੱਛੇ ਕਰਨਾ ਪਿਆ। ਉਸ ਤੋਂ ਬਾਅਦ ਗੁਰਪ੍ਰਤਾਪ ਸਿੰਘ ਜੀ ਸੁੱਗਾ ਢਾਡੀ ਹੈ, ਉਹ ਵੀ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨਾ। ਹੁਣ ਹਰਜੀਤ ਸਿੰਘ ਜੀ ਅੱਲੋਵਾਲ 10 ਮਿੰਟ ਦਾ ਸਮਾਂ ਲਾਉਣਗੇ ਅਤੇ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਸੰਗਤਾਂ ਨਿਹਾਲ ਕਰਨਗੇ। ਅਤੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਗੱਫਾ ਬਾਣੀ ਵੀ ਚੱਲ ਰਿਹਾ ਵਾ, ਜਿਹਨੇ ਗੱਫਾ ਛਕਣਾ ਵਾ ਉਹ ਗੱਫਾ ਛਕ ਕੇ ਫਿਰ ਆ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨਾ। ਅਤੇ ਜਿਹੜਾ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਵਾ, ਉਹ ਜਿੱਥੇ ਆਪਣਾ ਦੀਵਾਨ ਹਾਲ ਸੀ, ਜਿੱਥੇ ਆਪਾਂ ਕੱਲ੍ਹ ਦੀਵਾਨ ਲਾਇਆ ਸੀ, ਉਹਦੇ ਵਿੱਚ ਚਾਹ ਪਕੌੜਿਆਂ ਦਾ ਵੀ ਲੰਗਰ ਚੱਲ ਰਿਹਾ ਵਾ। ਸੰਗਤਾਂ ਚਾਹ ਪਕੌੜੇ ਵੀ ਛਕ ਕੇ ਅਤੇ ਫਿਰ ਦੁਬਾਰਾ ਹੀ ਇੱਥੇ ਦਰਬਾਰ ਦੇ ਵਿੱਚ ਹਾਜ਼ਰੀ ਭਰਨ ਅਤੇ ਦਰਬਾਰ ਰੌਣਕਾਂ ਵਧਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਜੀਤ ਸਿੰਘ ਜੀ ਅੱਲੋਵਾਲ 10 ਮਿੰਟ ਦਾ ਸਮਾਂ ਲਾਉਣਗੇ।
ਵਾਹਿਗੁਰੂ। 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 ਏ ਨਾ ਰੱਬ ਮਿਲਿਆ ਮੱਕੀ, ਰੱਬ ਦੇ ਨਾਂ ਤੇ ਲੁੱਟਣ ਬੈਠੇ, ਤੈਨੂੰ ਮੂਰਖ ਚੋਰ ਉਚਕੇ, ਰੱਬ ਮਿਲਿਆ ਤਾਂ ਅੰਦਰੋਂ ਮਿਲਿਆ, ਤੇ ਐਵੇਂ ਵਾਧੂ ਖਾਦੇ ਤਕੇ। ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਈ ਚਾਹੀਦਾ। ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਈ ਚਾਹੀਦਾ। ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਈ ਚਾਹੀਦਾ। ਲੈ ਕੇ ਹੱਥ ਤੀਰ ਦਵੇ ਜਲ ਮਾਨੂ ਤੀਰ, ਦੱਸੇ ਪੰਥ ਦਾ ਗੁਦਾਰ ਕਿਵੇਂ ਤਾਈ ਦਾ, ਪੰਥ ਦਾ ਗੁਦਾਰ ਕਿਵੇਂ ਤਾਈ ਦਾ। ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਈ ਚਾਹੀਦਾ। ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਈ ਚਾਹੀਦਾ। ਤੇਰੇ ਦੇਸ ਦੀਆਂ ਸੋਲ ਕੰਨਿਆਂ ਵਿਚਾਰੀਆਂ, ਤੇਲ ਪਾ ਕੇ ਫੇਰ ਬਾਬਾ ਜਾਂਦੀਆਂ ਨੇ ਸਾੜੀਆਂ। ਤੇਰੇ ਦੇਸ ਦੀਆਂ ਸੋਲ ਕੰਨਿਆਂ ਵਿਚਾਰੀਆਂ, ਤੇਲ ਪਾ ਕੇ ਫੇਰ ਬਾਬਾ ਜਾਂਦੀਆਂ ਨੇ ਸਾੜੀਆਂ। ਤੇਰੇ ਦੇਸ ਦੀਆਂ ਸੋਲ ਕੰਨਿਆਂ ਵਿਚਾਰੀਆਂ, ਤੇਲ ਪਾ ਕੇ ਫੇਰ ਬਾਬਾ ਜਾਂਦੀਆਂ ਨੇ ਸਾੜੀਆਂ। ਤੇਰੇ ਦੇਸ ਦੀਆਂ ਸੋਲ ਕੰਨਿਆਂ ਵਿਚਾਰੀਆਂ, ਤੇਲ ਪਾ ਕੇ ਫੇਰ ਬਾਬਾ ਜਾਂਦੀਆਂ ਨੇ ਸਾੜੀਆਂ। ਲੋਕਿਆਂ ਨੂੰ ਪਾਵੇ ਹੁਣ ਜ਼ੁਲਮ ਹਟਾਵੇ, ਦੱਸੇ ਪੱਤੀਆਂ ਤੇ ਕੈਰ ਨੀ ਕਮਾਈ ਦਾ, ਪੱਤੀਆਂ ਤੇ ਕੈਰ ਨੀ ਕਮਾਈ ਦਾ। ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਈ ਚਾਹੀਦਾ। ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਈ ਚਾਹੀਦਾ। ਸ਼ੇਰਾ ਤੇਰੀ ਜੂਤ ਗਿੱਦੜ ਪੌਣ ਜੱਲੀਆਂ, ਉੱਜੜੀਆਂ ਬਾਗਾਂ ਨੇ ਗੱਲਣਾ ਨੇ ਮੱਲੀਆਂ। ਸ਼ੇਰਾ ਤੇਰੀ ਜੂਤ ਗਿੱਦੜ ਪੌਣ ਜੱਲੀਆਂ, ਉੱਜੜੀਆਂ ਬਾਗਾਂ ਨੇ ਗੱਲਣਾ ਨੇ ਮੱਲੀਆਂ। ਸ਼ੇਰਾ ਤੇਰੀ ਜੂਤ ਗਿੱਦੜ ਪੌਣ ਜੱਲੀਆਂ, ਉੱਜੜੀਆਂ ਬਾਗਾਂ ਨੇ ਗੱਲਣਾ ਨੇ ਮੱਲੀਆਂ। ਸ਼ੇਰਾ ਤੇਰੀ ਜੂਤ ਗਿੱਦੜ ਪੌਣ ਜੱਲੀਆਂ, ਉੱਜੜੀਆਂ ਬਾਗਾਂ ਨੇ ਗੱਲਣਾ ਨੇ ਮੱਲੀਆਂ। ਕਿਹਾ ਵਕਾਉਣ ਬਾਜ ਜ਼ੁਲਮ ਨਾ ਆਉਣ, ਪੱਲਾ ਫੜਿਆ ਜਿਨ੍ਹਾਂ ਨੇ ਬੁਰੇ ਆਈਦਾ, ਪੱਲਾ ਫੜਿਆ ਜਿਨ੍ਹਾਂ ਨੇ ਬੁਰੇ ਆਈਦਾ। ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਈ ਚਾਹੀਦਾ। ਪਿੰਡਰਾਂ ਦੇ ਸ਼ੇਰ ਜਿਹਾ ਖਾਲਸਾ, ਫਿਰ ਸਿੱਖ ਕੌਮ ਤਾਈ ਚਾਹੀਦਾ। ਰਲ ਕੇ ਗਹਿਰਾ ਨਾ ਸਮਾਗ ਸਿੱਖੀ ਦਾ ਉਜਾੜਿਆ, ਅਗਵਾਨ ਭਲਾ ਸਿੱਖ ਕੌਮ ਦਾ ਵਸਾਰਿਆ। ਰਲ ਕੇ ਗਹਿਰਾ ਨਾ ਬਾਗ ਸਿੱਖੀ ਦਾ ਉਜਾੜਿਆ, ਅਗਵਾਨ ਭਲਾ ਸਿੱਖ ਕੌਮ ਦਾ ਵਸਾਰਿਆ। ਕੇ ਗਹਿਰਾ ਨਾ ਬਾਗ ਸਿੱਖੀ ਦਾ ਉਜਾੜਿਆ, ਅਗਵਾਨ ਭਲਾ ਸਿੱਖ ਕੌਮ ਦਾ ਵਸਾਰਿਆ। ਰਲ ਕੇ ਗਹਿਰਾ ਨਾ ਬਾਗ ਸਿੱਖੀ ਦਾ ਉਜਾੜਿਆ, ਅਗਵਾਨ ਭਲਾ ਸਿੱਖ ਕੌਮ ਦਾ ਬਣੇ ਨੇ ਕਸਾਈ ਸੂਰੀ ਹੱਥ ਤੇ ਉਠਾਈ, ਨਿਤ ਖੱਲੜੀ ਗਰੀਬ ਜੀ ਨੂੰ ਲਾਈਦਾ, ਨਿਤ ਖੱਲੜੀ ਗਰੀਬ ਜੀ ਨੂੰ ਲਾਈਦਾ। ਪਿੰਡ ਰਾਜ
ਸਿੱਖਿਆ ਖਾਲਸਾ ਜੇ ਸਿੱਖ ਕੌਮ ਤਾਈ ਚਾਹੀਦਾ ਪਿੰਡ ਰਾਜ ਸ਼ੇਰ ਜਿਆ ਖਾਲਸਾ ਫਿਰ ਸਿੱਖ ਕੌਮ ਤਾਈ ਚਾਹੀਦਾ ਫਿਰ ਸਿੱਖ ਕੌਮ ਤਾਈ ਚਾਹੀਦਾ ਫਿਰ ਸਿੱਖ ਕੌਮ ਤਾਈ ਚਾਹੀਦਾ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਾਲਸਾ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਜੋ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਉਹਨਾਂ ਦੀਆਂ ਤਿੰਨ ਸ਼ਾਦੀਆਂ ਮਾਤਾ ਜੀਤਾਂ ਜੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਹੋਈਆਂ ਮਾਤਾ ਜੀਤਾਂ ਜੀ ਦੇ ਤਿੰਨ ਸਪੁੱਤਰ ਅਤੇ ਵੱਡਾ ਸਾਹਿਬਜ਼ਾਦਾ ਮਾਤਾ ਸੁੰਦਰੀ ਜੀ ਦਾ ਪਰ ਮਾਤਾ ਸਾਹਿਬ ਕੌਰ ਜੀ ਨੂੰ ਗੁਰੂ ਸਾਹਿਬ ਜੀ ਕਹਿੰਦੇ ਕਿ ਜੋ ਪੁੱਤਰ ਮੈਂ ਤੇਰੀ ਝੋਲੀ ਵਿੱਚ ਪਾ ਰਿਹਾ ਹਾਂ ਉਸ ਦਾ ਕਦੇ ਵੀ ਮਰਨ ਦਿਨ ਨਹੀਂ ਆਵੇਗਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਦੀ ਝੋਲੀ ਵਿੱਚ ਖਾਲਸਾ ਪਾ ਰਹੇ ਨੇ ਉਹਨਾਂ ਦੇ ਗੁਣਾਂ ਨੂੰ ਅੱਲੋਵਾਲ ਦਾ ਕਵੀਸ਼ਰ ਜਥਾ ਇਉਂ ਦੱਸਦਾ ਹੈ ਜੀ ਸਭ ਤੇਰੇ ਪੁੱਤਰ ਨੇ ਆਜ ਸਾਜੀ ਫੌਜ ਅਕਾਲੀ ਦੁਨਿਆ ਵੀ ਮਾਵਾਂ ਤੋਂ ਤੇਰੀ ਜਗ ਤੇ ਸਾਜ ਨਿਰਾਲੀ ਦੁਨਿਆ ਵੀ ਮਾਵਾਂ ਤੋਂ ਤੇਰੀ ਜਗ ਤੇ ਸਾਜ ਨਿਰਾਲੀ ਜੰਜ ਚੜਦਾ ਲਾਜੋ ਸਿਰ ਤੇ ਪੱਬ ਦੇ ਖੂਬ ਦਮਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲੇ ਹਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲੇ ਹਵਾਲੇ ਸਭ ਤੇਰੇ ਪੁੱਤਰ ਨੇ ਆਜ ਸਾਜੀ ਫੌਜ ਅਕਾਲੀ ਦੁਨਿਆ ਵੀ ਮਾਵਾਂ ਤੋਂ ਤੇਰੀ ਜਗ ਤੇ ਸਾਜ ਨਿਰਾਲੀ ਦੁਨਿਆ ਵੀ ਮਾਵਾਂ ਤੋਂ ਤੇਰੀ ਜਗ ਤੇ ਸਾਜ ਨਿਰਾਲੀ ਜੰਜ ਪਾ ਦੇ ਹੀਰੇ ਜੋ ਛੁੱਟਦਾ ਸਾਗਰ ਮਾਰੇ ਉਛਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲੇ ਹਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲੇ ਹਵਾਲੇ ਤੇਰੀ ਜ਼ਿੰਮੇਵਾਰੀ ਤੋਂ ਵੱਖਰਾ ਖਾਲਸਾ ਪੰਥ ਨਿਆਰਾ ਵੈਰੀ ਨਾ ਚੱਲ ਸਕੂੰ ਜੈਰੀ ਨਾ ਗਾਦਾ ਫੁੰਕਾਰਾ ਦੁਸ਼ਮਣ ਨਾ ਚੱਲ ਸਕੂੰ ਜੈਰੀ ਨਾ ਗਾਦਾ ਫੁੰਕਾਰਾ ਭਾਰਤ ਦੇ ਪੁਤਲੇ ਕਾਂਦਾ ਹਰ ਦਮ ਖੂਨੇ ਉਬਾਲੇ ਪੁੱਤ ਤੇਰੇ ਸਾਹਿਬ ਕੋਲੇ ਨਿਹੰਗ ਸਿੰਘ ਚੱਕਰ ਦਮਾਲੇ ਹਵਾਲੇ ਪੁੱਤ ਤੇਰੇ ਸਾਹਿਬ ਕੋਲੇ ਨਿਹੰਗ ਸਿੰਘ ਚੱਕਰ ਦਮਾਲੇ ਹਵਾਲੇ ਤੇਰਾ ਤਨ ਮਨ ਖਾਲਸਾ ਹੈ ਮੈਂ ਤਾਂ ਹਰ ਦਮ ਪਿਆਸਾ ਮੈਂ ਦਸ ਖਾਲਸੇ ਦਾ ਦੇਖਣ ਆਇਆ ਜਗਤ ਤਮਾਸਾ ਮੈਂ ਦਸ ਖਾਲਸੇ ਦਾ ਦੇਖਣ ਆਇਆ ਜਗਤ ਤਮਾਸਾ ਦਸ ਖਾਲਸੇ ਦਾ ਮਾਵਾਂ ਵਾਂਗਰ ਪਿਆਰ ਵਧਾਵੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲੇ ਹਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲੇ ਹਵਾਲੇ ਪੰਜਾਂ ਮਰ ਜੂੜਿਆਂ ਨੇ ਪਹਿਲਾਂ ਸੀ ਸਧਰਮ ਹਿੱਤ ਵਾਰੇ ਆ ਤੇਰੇ ਲਾਲ ਜਿਹੜੇ ਇਹ ਤਾਂ ਜਨਮ ਮਰਨ ਤੋਂ ਬਾਹਰੇ ਆ ਤੇਰੇ ਲਾਲ ਜਿਹੜੇ ਜਨਮ ਮਰਨ ਤੋਂ ਬਾਹਰੇ ਕਰ ਦੇਣੀ ਮੌਤ ਕਰੋ ਫਿਰ ਦੇ ਮਸਤੀ ਵਿੱਚ ਮਤਵਾਲੇ ਫਿਰ ਦੇ ਮਸਤੀ ਵਿੱਚ ਮਤਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ ਸਿੰਘ ਚੱਕਰ ਦਮਾਲੇ ਹਵਾਲੇ ਪੁੱਤ ਤੇਰੇ ਸਾਹਿਬ ਕਰੇ ਨਿਹੰਗ
ਰੰਗ ਸਿੰਘ ਚੱਕਰ ਦਮਾਲਿਆ ਵਾਲੇ ਤੇਰੇ ਪੁੱਤਰ ਨੇ ਤੂੰ ਸਿੱਖ ਪੰਥ ਦੀ ਮਾਤਾ ਕਦੇ ਟੁੱਟਣ ਵਾਲਾ ਨਹੀਂ ਸਗੋਂ ਇਹ ਤੇਰੇ ਰਹੂਗਾ ਨਾਤਾ ਕਦੇ ਟੁੱਟਣ ਵਾਲਾ ਨਹੀਂ ਸਗੋਂ ਇਹ ਤੇਰੇ ਰਹੂਗਾ ਨਾਤਾ ਆਈ ਲੋਈ ਤੇ ਹੋਰ ਜੇ ਤੇ ਸਮਝਾ ਲੈ ਪੁੱਤ ਤੇਰੇ ਸਾਹਿਬ ਕੋਏ ਨਿਹੰਗ ਸਿੰਘ ਚੱਕਰ ਦਮਾਲਿਆ ਵਾਲੇ ਪੁੱਤ ਤੇਰੇ ਸਾਹਿਬ ਕੋਏ ਨਿਹੰਗ ਸਿੰਘ ਚੱਕਰ ਦਮਾਲਿਆ ਵਾਲੇ ਡਰਦੇ ਨਾ ਨਾ ਡਰਨਾ ਇਹਨਾਂ ਸਿੱਖ ਲਿਆ ਬੱਬਰ ਸ਼ੇਰਾ ਵੈਰੀ ਤੋਂ ਡਰਨਾ ਨਾ ਟੋਲਿਆ ਲਿਖ ਗਏ ਬਲੇਰਾ ਵੈਰੀ ਤੋਂ ਡਰਨਾ ਨਾ ਇਹਨਾਂ ਟੋਲਿਆ ਲਿਖ ਗਏ ਬਲੇਰਾ ਕਾਸ਼ਦਾਰ ਸੇਦਾ ਬਾਬਾ ਵਾਂਗਰ ਪਿਆਰ ਵਧਾ ਲੈ ਪੁੱਤ ਤੇਰੇ ਸਾਹਿਬ ਕੋਏ ਨਿਹੰਗ ਸਿੰਘ ਚੱਕਰ ਦਮਾਲਿਆ ਵਾਲੇ ਪੁੱਤ ਤੇਰੇ ਸਾਹਿਬ ਕੋਏ ਨਿਹੰਗ ਸਿੰਘ ਨਿਹੰਗ ਸਿੰਘ ਨਿਹੰਗ ਸਿੰਘ ਦਮਾਲਿਆ ਵਾਲੇ ਇੰਨਾ ਕੁਝ ਕਹਿੰਦਿਆਂ ਹੋਇਆ ਖਿਮਾ ਦੇ ਜਾਤਕਾਂ ਦੀ ਸਾਡੀਆਂ ਗਲਤੀਆਂ ਨੂੰ ਸਾਡੀ ਚੋਲੀ ਵਿੱਚ ਪਾਉਂਦਿਆਂ ਹੋਇਆ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਹ ਸੀ ਭਾਈ ਹਰਜੀਤ ਸਿੰਘ ਜੀ ਅੱਲੋਵਾਲ ਜਿਨ੍ਹਾਂ ਨੇ ਬਹੁਤ ਹੀ ਵਧੀਆ ਸੁਚੱਜੇ ਢੰਗ ਨਾਲ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਸੰਗਤਾਂ ਨਾਲ ਕੀਤਾ ਹੁਣ ਹੁਣ ਗਿਆਨੀ ਗੁਰਜੰਤ ਸਿੰਘ ਜੀ ਬੈਂਕਾ ਕਮਿਸ਼ਨਰ ਦਲ ਬਾਬਾ ਬਿਧੀ ਚੰਦ ਜੀ ਛੀਨਾ ਗੁਰੂ ਕਾ ਛੀਨਾ ਗਿਆਨੀ ਗੁਰਜੰਤ ਸਿੰਘ ਜੀ ਬੈਂਕਾ ਉਹ ਅੱਧਾ ਘੰਟਾ ਸਮਾਂ ਲਾਵੇਗਾ ਅਤੇ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਸੰਗਤਾਂ ਨਾਲ ਕਰੇਗਾ ਉਸ ਤੋਂ ਬਾਅਦ ਗਿਆਨੀ ਗੁਰ ਪ੍ਰਤਾਪ ਸਿੰਘ ਜੀ ਸੁਗਾ ਢਾਡੀ ਜਿਹਾ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਸ੍ਰੀ ਵਾਹਿਗੁਰੂ ਵਾਹਿਗੁਰੂ ਹਮੇ ਅਵਗੁਣ ਪਰ ਏਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਚੋਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਥ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਗੁਰੂ ਰਾਮਦਾਸ ਰੱਖੋ ਸਰਣਾਈ ਬੰਦਨਾ ਕਬੂਲ ਕਰਨੀ ਵਾਲੀ ਦੁਨੀਆਂ ਦੇ ਮਾਲਕ ਮਰਾਰੀ ਚਾਰੇ ਪਾਸੇ ਮਹਿਕ ਫੈਲਦੇ ਪਵੇ ਟੈਕ ਸਾਡੀ ਕਾਵ ਕਿਆਰੀ ਮੈਰਾਂ ਦੀ ਅਰਜ ਮਾਲਿਕਾ ਹੱਥ ਜੋੜ ਕੇ ਤੇ ਪੱਲਾ ਗੱਲ ਪਾ ਕੇ ਕਰੇ ਹੋ ਨਾ ਦੂਰ ਪਾਤਸ਼ਾਹ ਰੱਖੋ ਨਾਲ ਚਰਨਾ ਦੇ ਲਾ ਕੇ ਸਾਧੂਆਂ ਦੀ ਮਿਲੇ ਸੰਗਤ
ਸੰਤ ਮਨ ਖਿਲ ਜੇ ਜੋ ਹੈ ਮੋਰ ਜਾਇਆ ਮਿਲ ਦੇ ਅਮਰ ਫਲ ਜੀ ਮਹਾ ਪੁਰਖਾਂ ਤੋਂ ਪੱਕੇ ਆਪਕਾਇਆ ਹੋ ਜੀਏ ਅਮਰ ਮਾਲਕਾ ਨਾਮ ਜਪ ਕੇ ਤੇ ਸੇਵ ਕਮਾ ਕੇ ਕਰੇ ਹੋ ਨਾ ਦੂਰ ਪਾਤਸ਼ਾਹ ਨਾਲ ਚਰਨਾ ਦੁਨੀਆਂ ਸੁਨਹਿਰੇ ਪੰਨੇ ਰਚੀਏ ਕਾਮ ਕ੍ਰੋਧ ਲੋਭ ਚੁਗਲੀ ਨਿੰਦਾ ਈਰਖਾ ਦੁਸ਼ ਕੋਲੋਂ ਬਚੀਏ ਕਰੀਏ ਗੁਮਾਨ ਕਦੇ ਨਾ ਤੇਰੇ ਹੋਏ ਰਹੀਏ ਆਪੇ ਨੂੰ ਗਵਾ ਕੇ ਕਰੇ ਉਹ ਨਾ ਦੂਰ ਪਾਤਸ਼ਾਹ ਰੱਖੋ ਨਾਲ ਚਰਨਾ ਖਮਾਰੀ ਤੇਰੇ ਗੋਨਾ ਗਾਉਂਦਿਆਂ ਦੀ ਬੀਤ ਜਾਵੇ ਸਾਰੀ ਜ਼ਿੰਦਗੀ ਹਮਾਰੀ ਦੀਰਘ ਹੈ ਰੋਗ ਹੋਮੇ ਦਾ ਰੱਖੋ ਸਾਡੇ ਮੌਸਮ ਭਾਵੇਂ ਤਬਦੀਲ ਹੋ ਗਿਆ ਹੈ ਪਰ ਆਪ ਸੰਗਤਾਂ ਦਾ ਉਤਸ਼ਾਹ ਉਸੇ ਤਰ੍ਹਾਂ ਬਣਿਆ ਹੈ ਬੜੇ ਪ੍ਰੇਮ ਸਹਿਤ ਸਜੇ ਹੋਏ ਦੀਵਾਨ ਦੀ ਹਾਜ਼ਰੀ ਭਰ ਕੇ ਆਪ ਗੁਰੂ ਕੀਆਂ ਸੰਗਤਾਂ ਸਮੇਂ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਸਤਿਕਾਰਯੋਗ ਗਿਆਨੀ ਦਿਲਬਾਗ ਸਿੰਘ ਜੀ ਆਪ ਗੁਰੂ ਕੀਆਂ ਸੰਗਤਾਂ ਦੇ ਪ੍ਰਥਾਏ ਸਤਿਗੁਰਾਂ ਦੀਆਂ ਰਹਿਮਤਾਂ ਔਰ ਬਖਸ਼ਿਸ਼ਾਂ ਦਰਸਾ ਰਹੇ ਹਨ ਮਹਾਰਾਜ ਸੱਚੇ ਪਾਤਸ਼ਾਹ ਸਦਾ ਬਖਸ਼ੰਦ ਦਿਆਲੂ ਔਰ ਕਿਰਪਾਲੂ ਹਨ ਸਤਿਗੁਰਾਂ ਦੀ ਬਖਸ਼ਿਸ਼ ਔਰ ਰਹਿਮਤ ਭਰਿਆ ਇੱਕ ਕਾਰਨਾਮਾ ਦਾਸ ਕਹਿ ਕੇ ਖਿਮਾ ਦਾ ਜਾਚ ਹੋਵੇਗਾ ਸਮਾਂ ਆਪ ਜੀ ਨੇ ਸਰਵਣ ਕਰ ਲਿਆ ਹੈ ਧੰਨ ਕਲਗੀਧਰ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਇੱਕ ਸਬਜੈਕਟ ਲੈ ਕੇ ਆਏ ਜਿਸ ਵੇਲੇ ਮਾਤਾ ਗੁਜਰੀ ਸਾਹਿਬ ਜੀ ਨੇ ਨਵੇਂ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਦੁਸ਼ਟ ਦਮਨ ਨੂੰ ਬੁਲਾਵਿਆ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਲਾਇਆ ਕਿ ਜਾਓ ਧਰਤੀ ਤੇ ਜਾ ਕੇ ਇੱਕ ਐਸੇ ਪੰਥ ਨੂੰ ਪ੍ਰਕਾਸ਼ ਕਰੋ ਜਿਹੜਾ ਜ਼ੁਲਮਾਂ ਦਾ ਨਾਸ਼ ਕਰ ਦੇਵੇ ਇੱਕ ਵੱਖਰੇ ਪੰਥ ਦੀ ਸਿਰਜਣਾ ਕਰਨੀ ਹੈ ਕਲਗੀਧਰ ਪਾਤਸ਼ਾਹ ਆਪ ਦਰਸਾਉਂਦੇ ਹਨ ਕਿ ਅਸੀਂ ਦੂਜੇ ਅਵਤਾਰਾਂ ਔਲੀਆਂ ਪੈਗੰਬਰਾਂ ਦੇ ਵਾਂਗ ਉਸੇ ਵੇਲੇ ਸੱਤ ਬਚਨ ਕਹਿ ਕੇ ਨਹੀਂ ਆ ਗਏ ਸਤਿਕਾਰਯੋਗ ਸੰਗਤ ਜੀ ਇੱਕ ਬੇਨਤੀ ਕਰ ਦੇਵਾਂ ਕਿ ਆਵਾਜ਼ ਬਹੁਤ ਆ ਰਹੀ ਹੈ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਬਾਰ ਹੈ ਇਸ ਕਰਕੇ ਆਪਣੀ ਬਿਰਤੀ ਨੂੰ ਗੁਰ ਇਤਿਹਾਸ ਦੇ ਸ਼ਬਦਾਂ ਦੇ ਵੱਲੇ ਅੰਕਿਤ ਕਰੀਏ ਜਿਸ ਕਰਕੇ ਆਨੰਦ ਬਣੇ ਧੰਨ ਕਲਗੀਧਰ ਪਾਤਸ਼ਾਹ ਆਖਦੇ ਹਨ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦੇ ਸਾਹਮਣੇ ਖੜੇ ਹੋਏ ਜਿਹੜੇ ਆਪਣੇ ਆਪ ਸੱਤ ਬਚਨ ਕਹਿ ਕੇ ਧਰਤੀ ਦੇ ਤਖਤੇ ਤੇ ਆ ਗਏ ਮਾਫ ਕਰਨਾ ਉਹ ਦੁਨੀਆਂ ਤੇ ਬਹੁਤਾ ਕੁਝ ਕਰ ਨਹੀਂ ਸਕੇ ਆਪਣਾ ਨਾਮ ਜਪਾ ਕੇ ਹੀ ਸਮੇਂ ਦੇ ਨਾਲ ਇੱਥੋਂ ਚੱਲਦੇ ਬਣੇ ਕਲਗੀਧਰ ਪਾਤਸ਼ਾਹ ਆਖਦੇ ਹਨ ਠਾਠ ਭਇਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚੱਲੇ ਤਬ ਜਗਤ ਮੈਂ ਜਪ ਤੁਮ ਕਰੋ ਸਹਾਏ ਹੇ ਵਾਹਿਗੁਰੂ ਇਹ ਪੰਥ ਤਾਂ ਚੱਲ ਸਕਦਾ ਏ ਜੇ ਤੁਸੀਂ ਅੰਗ ਸੰਗ ਸਹਾਈ ਹੋਵੋ ਕਿਤੇ ਸਾਡੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਜਾ ਰਹੇ ਹੋਣ ਕਿਤੇ ਚਾਲੀਆਂ ਦੇ ਮੁਕਾਬਲੇ 10 ਲੱਖ ਦਾ ਘੇਰਾ ਪਿਆ ਹੋਵੇ ਤੇ ਤੁਸੀਂ ਕਦੇ ਪਾਰਵਤੀ ਤੋਂ ਲਛਮੀ ਤੋਂ ਆਪਣੇ ਚਰਨ ਘਟਾ ਰਹੇ ਹੋਵੋ ਕਿਤੇ ਸ਼ੇਸ਼ ਨਾਗ ਦੀ ਸੇਜਾ ਤੇ ਬਿਰਾਜਮਾਨ ਹੋਵੋ ਇਹ ਗੱਲ ਸਾਨੂੰ ਪਰਵਾਹ ਨਹੀਂ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਇੱਕ ਬਖਸ਼ਿਸ਼ ਕਲਗੀਧਰ ਪਾਤਸ਼ਾਹ ਨੂੰ ਕਰਦਿਆਂ ਹੋਇਆਂ ਬਚਨ ਕੀਤਾ ਐ ਦੁਸ਼ਟ ਦਮਨ ਮੈਂ ਆਪਣਾ ਸੁੱਤ ਤੋਹੇ ਨਵਾਜਾ ਪੰਥ ਪਰਚੁਰ ਕਰਬੇ ਕੋ ਸਾਜਾ ਮੈਂ ਆਪਣਾ ਪੁੱਤਰ ਬਣਾ ਕੇ ਤੈਨੂੰ ਧਰਤੀ ਤੇ ਭੇਜਦਾ ਹੈ ਔਰ ਤੂੰ ਇੱਕ ਵੱਖਰੇ ਪੰਥ ਦਾ ਪ੍ਰਕਾਸ਼ ਕਰਨਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਨਾਲ ਮਹਾਰਾਜ ਨੇ ਅਵਤਾਰ ਧਾਰਿਆ ਪ੍ਰਕਾਸ਼ ਹੋਇਆ ਪਟਨੇ ਸਾਹਿਬ ਦੀ ਧਰਤੀ ਤੇ ਔਰ ਅਕਾਲ ਪੁਰਖ ਵਾਹਿਗੁਰੂ ਦੇ ਸਬਜੈਕਟ ਨੂੰ ਪੂਰਿਆ ਕੀਤਾ ਆਨੰਦਪੁਰ ਸਾਹਿਬ 1699 ਦੀ ਵਿਸਾਖੀ ਵਾਲੇ ਦਿਨ ਉਸ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੇ 5 ਪਿਆਰੇ ਸਾਹਿਬਾਨਾਂ ਦੀ ਇਲੈਕਸ਼ਨ ਕੀਤੀ ਚੋਣ ਕੀਤੀ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਔਰ ਆਪ
चेले बन के अमृत की दात मंगते हैं। पंज प्यारे साहबाना ने एक वचन किया सी, महाराज असी अपने सीस दिते तुसीं अमृत की भेटा की देंदे हो। महाराज कहन लगे खालसा जी ओ अकाल पुरख वाहिगुरु कृपा करे तुसीं अपने सीस दिते मैं सरबंध सवार देंगे। सवा लाख से एक लड़ाऊं तवै गोबिंद सिंह नाम कहाऊं। ये केवल वचन आख्या नहीं कलगी धर पातशाह ने चमकौर साहब की गढ़ी के अंदर पूरियां कर दिता। वड्डे साहबजादियां नूं शहीद करवा के जाना तो प्यारे खालसे शहीद करवा के अकाल पुरख वाहिगुरु के भाणे दे विच ओ शुकर गुजार करते हैं और खालसे दे हुक्म दे नाल गढ़ी दे विच्चों बाहर आए मासीवाड़े दे जंगलां दे विच चोजी प्रीतम दे चरणां दे विच ना जोड़ा है ना हेठां नीला घोड़ा है ना सिर ते कलगी तोड़ा है। कंडियां वाले छापियां ना वज वज के जामा लीरो लीर होया है। 72 घंटियां दा नींदरा इत्थे आराम कीता है महाराज ने। अकाल पुरख दे भाणे दे विच गावदे हन मित्र प्यारे नूं हाल मरीदां दा कहना तुझ बिन रोग रजाइयां दा ओढ़न नाग निवासां दे रहना सूल सुराही खंजर प्याला बिंग कसाइयां दा सहना यारड़े दा सानू सत्तर चंगा पट खेड़ियां दा रहना। समा सीमित है मैं अपने मजमून नूं आरंभदा हाँ। कलगीधर पातशाह माछीवाड़े दे जंगलां तों अगे तुरे पंजाबे गुलाबे नूं तारदे होए दीने कांगड़ दी धरती ते सबाए मान हन। माकार और बेईमान बादशाह औरंगजेब दा एक खत कलगीधर पातशाह नूं प्राप्त होया। ओ लिखदा है अपनी झूठी हमदर्दी नूं जाहर करदा महाराज सच्चे पातशाह मेरे आग्या तों बगैर ही 10 लख दा घेरा पिया। महाराज ने आप इस गिणती नूं पोइट कीता है। गुरसनहे चिकारे कुनद चिहल नर के दह लख बर आए द बरो बेखबर। बिना किसी खबर तो 40 दे मुकाबले 10 लख दा घेरा तुहाडे वड्डे साहबजादे शहीद हो गए। मैनू भारी अफसोस है छोटे साहबजादे शहीद हो गए नीहां च चणके शहीद किए गए। मैं कितने दूर गया होया सी इस गल की मैनू खबर ने बजुर्ग माता का सुनिया। ये गल सुन के होर दुख होया महाराज मेरे पिछले गुनाहों नूं बख्श देवो आपां दोस्ती का हथ मिला लईए और इस लड़ाई झगड़े नूं खत्म कर दईए। कलगीधर पातशाह कहन लगे ऐ औरंगजेब असी तेरियां इन्हां खोटियां चालां तों बेईमानियां तों चंगी तरह जाणू हां। तेरी ऐसी चिट्ठी आनंदपुर साहब दे किले दे विच वी आई सी। ऐ औरंगजेब तेरा मनोरथ है खालसे की होंद नूं खत्म करना। यह खालसा अकाल पुरख की फौज प्रगटे खालसा परमात्मा की मौज ए हशरा तीक जिंदा रहेगा तेरे राज दा नामो निशान मिट जाएगा। एदी चिट्ठी दा जवाब देंदिया होया संसार दे अंदर होइया बीतियां दी कहानियां दी तुलना औरंगजेब दे जीवन दे नाल देंदिया होया कलगीधर पातशाह ने कलम चुकाई और कलम दे नाल फारसी बैंतां दे अंदर महाराज सच्चे पातशाह का शुकराना करके औरंगजेब नी चिट्ठी का जवाब इंज दिता है। चिट्ठी की गुरां त्यार त्यागे पार वरदगार सोभाया पर पार जफर नामा नाम है झूठे बादशाह दी मौत दा जो इंतजाम है काया कायम करीम के हराज करहीमा सारी फारसी तलीम दे के है शंगारिया फिर बादशाह रंगे पाई फटकारिया चिट्ठी पीती गुरां त्यार त्यागे पार वरदगार सोभाया पर पार जफर नामा नाम है झूठे बादशाह दी मौत दा जो इंतजाम है त्याया कायम करीम के हराज करहीमा सारी फारसी तलीम दे के है शुगारिया फिर बादशाह रंगे ताई फटकारिया सुन ले औरंगजेब तू है बंदा पुर परेवा सुन ले औरंगजेब तू है बंदा पुर परेवा जानदा ना पईया बेव होया अंधारा लई राज तेरा मंद भागा सारे ही समाल लई कहिंदे बादशाह दसम तेरी झूठी है कसम तेरा कोई ना कसम जिंदगी दा कोड़ तू खड़ा सागर किनारे खोखलाए बोर तू
ਬਣੀ ਮੂਹ ਖਰੇ ਮੇਰੇ ਚਾਰੀ ਸਿੱਖ ਲੜੇ ਚਾਰੀ ਲੱਖ ਵਾਂਗਰਾ ਡਰੇ ਤੇਰੇ ਜਰ ਨੈਲ ਮਾਰ ਉੱਠ ਜਾਗਰਾ ਪੈਰ ਲਾਲਾਂ ਤੇ ਗੁਜ਼ਾਰ ਬਾਲਮੀਆਂ ਚ ਖਲਾਏ ਉਹਨਾਂ ਛੱਡੇ ਸੀ ਜਕਾਰ ਕਬਰ ਆਏ ਯਾਰਾਨਾ ਸੀਸ ਜਾਲਮਾਂ ਦੇ ਅੱਗੇ ਵੀ ਨਵਾਏ ਯਾਰਾਨਾ ਜਿਹੜੇ ਦੋ ਜਹਾਨੀ ਸੱਚੇ ਤੈਨੂੰ ਮਾਰ ਸੁੱਟ ਗਏ ਤੇਰੇ ਜਾਬਰ ਜ਼ੁਲਮ ਦੀਆਂ ਜੜਾਂ ਪੁੱਟ ਗਏ ਚਾਹੇ ਫੌਜ ਜੇ ਲੜਾਉਣਾ ਫੇਰ ਕਾਹਦਾ ਕਬਰਾਉਣਾ ਚਾਹੇ ਫੌਜ ਜੇ ਲੜਾਉਣਾ ਫੇਰ ਕਾਹਦਾ ਕਬਰਾਉਣਾ ਸਾਡੇ ਵੱਲੇ ਤਾਰੇ ਆਉਣਾ ਇਸੇ ਤਰ੍ਹਾਂ ਜਿਵੇਂ ਪਾਵੇਂਗਾ ਤੂੰ ਭਾਜੀ ਉਸੇ ਤਰ੍ਹਾਂ ਲਾਵਾਂਗੇ ਤੂੰ ਕਮਾਏ ਬੜੇ ਖਦੇ ਲੱਗ ਜਾਣੇ ਸਾਰੇ ਪਤੇ ਬੋਲ ਵਾਹਿਗੁਰੂ ਦੀ ਫਤਿਹ ਇੱਕ ਤੀਰ ਛੱਡਣਾ ਗੁਰ ਜੰਟ ਸਿੰਘਾਂ ਜ਼ੁਲਮ ਦਾ ਰਾਜ ਵੱਡਣਾ ਗੁਰ ਜੰਟ ਸਿੰਘਾਂ ਜ਼ੁਲਮ ਦਾ ਰਾਜ ਵੱਡਣਾ ਧਨੀ ਪਾਤਸ਼ਾਹ ਨੇ ਕਲਮ ਉਠਾਈ ਪਹਿਲੀ ਹਕਾਇਤ ਆਰੰਭ ਕਰਨ ਤੋਂ ਪਹਿਲਾਂ ਦਾਸਤਾਨ ਦੇ ਵਿੱਚ ਇੱਕ I-10 ਗੱਡੀ ਜਿਹਦਾ ਨੰਬਰ 5868 ਹੈ ਉਹ ਰਸਤੇ ਤੇ ਖੜੀ ਹੈ ਉਹ ਜਿਹਦੀ ਵੀ ਹੋਵੇ ਲਾਡੀ ਸਿੰਘ ਦੇ ਰਾਹ ਦੇ ਉੱਪਰ ਉਹ ਗੱਡੀ ਖੜੀ ਹੈ ਉਹ ਰਸਤੇ ਤੋਂ ਇੱਕ ਪਾਸੇ ਕਰ ਲਈ ਜਾਵੇ ਕਲਗੀਧਰ ਪਾਤਸ਼ਾਹ ਨੇ ਹਕਾਇਤ ਆਰੰਭ ਕਰਨ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਮੰਗਲ ਕੀਤਾ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਕ ਰਹਾਕੁਨ ਰਹੀਮ ਅਮਾ ਬਖਸ਼ ਬਖਸ਼ਿੰਦ ਓ ਦਸਤਗੀਰ ਰਜ਼ਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ ਕੇ ਸ਼ਹਿਨਸ਼ਾਹ ਰੋਜ਼ੀ ਦੇਹੋ ਰਹਿਨਮੂ ਕੇ ਬੇਗੂਨ ਬੇਚੂਨ ਚੂੰਬੇ ਨਾ ਮੂੰਹ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਖੁਦਾਵੰਤ ਬਖਸ਼ਿੰਦ ਓ ਐਸ਼ ਅਰਸ਼ ਜਹਾਂ ਪਾਕ ਜਬਰ ਅਸਤ ਦਾਹਰ ਜ਼ਹੂਰ ਅਤਾਮੇ ਦੇ ਹੱਦ ਹਮ ਚੋ ਹਾਜ਼ਰ ਹਜ਼ੂਰ ਦਾਸਤਾਨ ਤਿਕਰ ਅਕਾਲ ਪੁਰਖ ਨੂੰ ਕਰਕੇ ਜਾਤ ਕਲਗੀਧਰ ਪਾਤਸ਼ਾਹ ਨੇ ਔਰੰਗਜ਼ੇਬ ਦੇ ਜੀਵਨ ਤੇ ਇੰਨੀਆਂ ਲਾਹਨਤਾਂ ਪਾਈਆਂ ਚਿੱਠੀ ਪ੍ਰਾਪਤ ਹੋਈ ਉਹ ਪੜ੍ਹਦਾ ਏ ਜਿਵੇਂ ਜਿਵੇਂ ਚਿੱਠੀ ਪੜ੍ਹਦਾ ਏ ਕੀਤੇ ਹੋਏ ਬੁਰੇ ਕਰਮ ਇਹਦੀਆਂ ਅੱਖਾਂ ਦੇ ਅੱਗੇ ਆਉਂਦੇ ਹਨ ਆਪਣੇ ਕੀਤੇ ਬੁਰੇ ਕਰਮਾਂ ਤੇ ਝੂਰਦਾ ਔਰੰਗਜ਼ੇਬ ਬਿਮਾਰ ਪੈ ਗਿਆ ਏ ਕੁਝ ਖਾਂਦਾ ਪੀਂਦਾ ਹੈ ਪਚਦਾ ਨਹੀਂ ਹੈ ਆਖਰ ਮਰਨਾਊ ਹਾਲਤ ਦੇ ਵਿੱਚ ਆ ਗਿਆ ਪਰ ਫਤਿਹ ਨਹੀਂ ਬੋਲਦਾ ਜਾਨ ਨਹੀਂ ਨਿਕਲਦੀ ਤੜਫ ਰਿਹਾ ਏ ਪਰ ਫਤਿਹ ਜਿਤਨੀ ਦੇਰ ਤੱਕ ਲਬਾਂ ਤੋਂ ਨਹੀਂ ਬੋਲੇਗਾ ਇਹਦੀ ਜਾਨ ਨਹੀਂ ਨਿਕਲ ਸਕਦੀ ਬੜੇ ਵਜ਼ੀਰਾਂ ਨੇ ਬੜੇ ਮੰਤਰੀਆਂ ਨੇ ਆਖਿਆ ਬਾਦਸ਼ਾਹ ਸਲਾਮਤ ਫਤਿਹ ਦੇ ਬੋਲਾਂ ਨੂੰ ਜ਼ਬਾਨ ਤੇ ਲਿਆਓ ਤੁਹਾਡੀ ਜਾਨ ਨਿਕਲ ਜਾਵੇ ਤੁਸੀਂ ਇਸ ਮੁਸ਼ਕਲ ਦੇ ਵਿੱਚੋਂ ਇਸ ਦੁੱਖ ਦੇ ਵਿੱਚੋਂ ਮੁਕਤ ਹੋ ਜਾਓ ਕਹਿਣ ਲੱਗਾ ਮੈਂ ਕਾਫਰ ਦੇ ਬੋਲ ਕਦੇ ਵੀ ਆਪਣੀ ਜ਼ਬਾਨ ਤੇ ਨਹੀਂ ਲਿਆਵਾਂਗਾ ਆਪਣੇ ਧਰਮ ਦੇ ਵਿੱਚ ਆਪਣੇ ਆਪ ਨੂੰ ਕੱਟੜਵਾਦੀ ਸਮਝਦਾ ਸੀ ਪਰ ਅਸਲੀ ਮੁਸਲਮਾਨ ਦੀ ਡੈਫੀਨੇਸ਼ਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦਰਸਾਈ ਹੈ ਮੁਸਲਮਾਨ ਮੋਮ ਦਿਲ ਹੋਵੇ ਇਹਦੇ ਵਰਗਾ ਕੱਟੜਵਾਦੀ ਕਦੇ ਅਸਲੀ ਤੇ ਸੱਚਾ ਮੁਸਲਮਾਨ ਨਹੀਂ ਬਣ ਸਕਦਾ ਕਹਿੰਦਾ ਕਾਫਰ ਦੇ ਬੋਲ ਮੈਂ ਕਦੇ ਆਪਣੀ ਜ਼ਬਾਨ ਤੋਂ ਨਹੀਂ ਬੋਲਾਂਗਾ ਇਹਦੀ ਸਿਆਣੀ ਸ਼ਹਿਜ਼ਾਦੀ ਨੇ ਇਹਦੀ ਵਿਗੜਦੀ ਹੋਈ ਹਾਲਤ ਵੇਖੀ ਹੱਥ ਦੇ ਵਿੱਚ ਕਾਗਜ਼ ਲਿਆ ਕਲਮ ਲਈ ਕਹਿਣ ਲੱਗੀ ਅੱਬੂ ਜਾਨ ਸ਼ਰਾਂ ਦੇ ਵਿੱਚ ਫਤਿਹ ਨੂੰ ਉਚਾਰਨ ਕਰਨ ਤੇ ਮਨਾਹੀ ਹੈ ਲਿਖਣ ਤੇ ਤਾਂ ਕੋਈ ਰੋਕ ਨਹੀਂ ਆਪ ਜੀ ਸੂਝਵਾਨ ਬੈਠੇ ਹੋ ਅਸੀਂ ਜਾਣਦੇ ਹਾਂ ਜਦੋਂ ਅਸੀਂ ਕੋਈ ਚੀਜ਼ ਲਿਖਦੇ ਹਾਂ ਲਿਖਣ ਵਾਲੀ ਚੀਜ਼ ਲਿਖਣ ਤੋਂ ਪਹਿਲਾਂ ਸਾਡੇ ਮਾਈਂਡ ਦੇ ਵਿੱਚ ਤੇ ਸਾਡੇ ਦਿਮਾਗ ਤੇ ਆਪਣੇ ਆਪ ਸਾਡੀ ਜ਼ੁਬਾਨ ਤੇ ਵੀ ਆ ਜਾਂਦੀ ਹੈ ਇਹ ਫਤਿਹ ਲਿਖਣ ਲੱਗਾ ਆਟੋਮੈਟਿਕ ਫਤਿਹ ਇਹਦੀ ਜ਼ੁਬਾਨ ਤੇ ਆ ਗਈ ਫਤਿਹ ਉਚਾਰਨ ਹੁੰਦਿਆਂ ਸਾਰ ਹੀ ਧੜੰਮ ਕਰਦਾ ਰਾਜ ਤਖਤ ਤੋਂ ਹੇਠਾਂ ਡਿੱਗਿਆ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਅਖਵਾਉਣ ਵਾਲਾ ਕਲਗੀਧਰ ਪਾਤਸ਼ਾਹ ਦੀ ਕਲਮ ਨੇ ਮਾਰ ਮੁਕਾਇਆ ਸਮਾਂ ਮੇਰਾ ਕੇਵਲ ਇੱਕ ਕਵਿਤਾ ਦਾ ਰਹਿ ਗਿਆ ਆਓ ਸਭ ਤੋਂ ਔਰੰਗਜ਼ੇਬ ਮਾਰਿਆ ਜਾ ਚੁੱਕਾ ਇਹਦੇ ਮਾਰੇ ਜਾਣ ਦੇ ਉਪਰੰਤ
ਬੁਲਾ ਦਿੱਤਾ ਸੀ ਉਹ ਵਿਚਾਰ